ਵੀ ਜਿਵੇਂ ਲੋਕ ਕੀ ਪਹਿਲਾਂ ਕਹਿੰਦੇ ਸੀ ਕਿ ਪਾਸਪੋਰਟਾਂ ਨਾਲ ਵਿਆਹ ਹੋ ਜਾਂਦੇ ਸੀ ਤੇ ਕੁੜੀਆਂ ਇੱਧਰ ਬੈਠੀਆਂ ਰਹਿੰਦੀਆਂ ਸੀ ਹੁਣ ਆਇਲਸ ਨਾਲ ਵਿਆਹ ਹੁੰਦੇ ਨੇ ਤੇ ਮੁੰਡੇ ਇੱਧਰ ਬੈਠੇ ਨੇ ਨਾ ਤੇ ਮੈਨੂੰ ਲੱਗਦਾ ਕਿ ਚੀਜ਼ ਪਲਟ ਕੇ ਤੁਹਾਡੇ ਤੱਕ ਪਹੁੰਚਦੀ ਆ ਤੇ ਇਹ ਕਹਾਣੀ ਆਈ ਸੀਗੀ ਮੈਨੂੰ ਬਹੁਤ ਵਧੀਆ ਲੱਗੀ ਇਹ ਕਹਾਣੀ ਕਿ ਮਤਲਬ ਲਿਖੀ ਇੱਕ ਕੁੜੀ ਨੇ ਆ ਪਰ ਉਹ ਦਿਖਾਉਂਦੀ ਆ ਵੀ ਹਾਂ ਮਤਲਬ ਬੰਦਾ ਇਹ ਚੀਜ਼ ਜਰ ਨਹੀਂ ਸਕਦਾ ਚਾਹੇ ਜਿੰਨਾ ਮਰਜੀ ਮਾਡਰਨ ਹੋ ਜਾਵੇ ਮਨ ਰਾਜ ਬਰਾੜ ਦਾ ਜਾਂ ਕਿ ਗੀਤ ਆ ਮੇਰੇ ਹੁਣ ਗੀਤ ਨਹੀਂ ਜਾਦੇ ਉਹਦਾ ਇੱਕ ਸ਼ੇਰ ਜਿਹਾ ਔਰਤ ਦੇ ਲਈ ਇੱਥੇ ਇਮਤਿਹਾਨ ਬੜੇ ਬੰਦੇ ਲਈ ਬਦਨਾਮੀ ਵੀ ਮਸ਼ਹੂਰੀ ਹੁੰਦੀ ਹੈ ਹਨ ਮਤਲਬ ਆ ਤਾਂ ਉਹ ਲੋਕ ਲੈ ਕੇ ਆਉਂਦੇ ਜਿਨ੍ਹਾਂ ਤੇ ਤਸ਼ੱਦਦ ਹੋ ਰਿਹਾ ਹੁੰਦਾ ਨਾ ਤੇ ਜੇ ਤਸ਼ੱਦਦ ਔਰਤ ਤੇ ਹੋ ਰਿਹਾ ਤਾਂ ਫਿਰ ਬਦਲਾ ਵੀ ਔਰਤ ਹੀ ਲੈ ਕੇ ਆਊਗੀ ਮਰਦ ਨੂੰ ਤਾਂ ਕੋਈ ਲੋੜ ਨਹੀਂ ਬਦਲਾ ਲੈ ਕੇ ਆਉਣ ਦੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਕਿਤਾਬਨਾਮਾ ਦੇਖ ਰਹੇ ਹੋ ਤੁਸੀਂ ਮੈ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਅੱਜ ਅਸੀਂ ਜਿਹੜੀ ਕਿਤਾਬ ਤੇ ਗੱਲਬਾਤ ਕਰ ਰਹੇ ਹਾਂ ਉਹ ਕਿਤਾਬ ਲਿਖਣ ਵਾਲੇ ਰੈਮਨ ਨੇ ਤੇ ਉਹਨਾਂ ਦੀ ਕਿਤਾਬ ਦਾ ਟਾਈਟਲ ਆ ਜਿਹੜਾ ਇਹ ਹੈਗਾ ਪੌਣੇ 7 ਤੇ ਕਿਤਾਬ ਦਾ ਟਾਈਟਲ ਮੇਰੇ ਲਈ ਬੜੀ ਕਨਫਿਊਜ਼ਨ ਵਾਲਾ ਸੀਗਾ ਕਿਉਂਕਿ ਜਦੋਂ ਮੈਂ ਪੂਰੀ ਕਿਤਾਬ ਪੜ੍ਹੀ ਤਾਂ ਮੈਨੂੰ ਇਸ ਨਾਂ ਦੀ ਕੋਈ ਕਹਾਣੀ ਨਹੀਂ ਲੱਭੀ ਜ਼ਿਆਦਾਤਰ ਆਪਾਂ ਇਹੀ ਸੋਚਦੇ ਹੁੰਨੇ ਆ ਕਿ ਜੋ ਟਾਈਟਲ ਆ ਉਹਦੇ ਨਾਂ ਦੀ ਜ਼ਰੂਰ ਕੋਈ ਨਾ ਕੋਈ ਕਹਾਣੀ ਆ ਜਿਹੜੀ ਇਸ ਕਿਤਾਬ ਦੇ ਵਿੱਚ ਹੋਏਗੀ ਤੇ ਕਿਤਾਬ ਦੇ ਵਿੱਚ ਬੜੀਆਂ ਖੂਬਸੂਰਤ ਕਹਾਣੀਆਂ ਨੇ ਅੱਜ ਅਸੀਂ 3-4 ਕਹਾਣੀਆਂ ਤੇ ਗੱਲਬਾਤ ਕਰਾਂਗੇ ਪਰ ਜਦੋਂ ਤੁਸੀਂ ਇਸ ਕਿਤਾਬ ਨੂੰ ਪੜ੍ਹਦੇ ਹੋ ਤਾਂ ਜਿਨ੍ਹਾਂ ਨੇ ਮੰਟੋ ਨੂੰ ਪੜਿਆ ਹੁੰਦਾ ਉਹਨਾਂ ਨੂੰ ਲੱਗਦਾ ਜਿਵੇਂ ਮੰਟੋ ਦੀਆਂ ਕਹਾਣੀਆਂ ਚੋਂ ਕੋਈ ਕਹਾਣੀਆਂ ਜਿਹੜੀਆਂ ਤੁਸੀਂ ਪੜ੍ਹ ਰਹੇ ਹੋ ਤੇ ਜ਼ਿਆਦਾਤਰ ਪੰਜਾਬ ਤੋਂ ਬਾਹਰਲੇ ਕਲਚਰ ਦੀਆਂ ਕਹਾਣੀਆਂ ਨੇ ਜੇ ਆਪਾਂ ਕਹਿ ਲਈਏ ਕਿ ਮੁਸਲਿਮ ਪਰਿਵਾਰਾਂ ਚ ਜੇ ਜੋ ਕੁਝ ਜਿੱਦਾਂ ਵਾਪਰਦਾ ਹੈ ਜਾਂ ਉਦਾਂ ਦੇ ਜਿਹੜੇ ਪਾਤਰ ਨੇ ਉਹ ਇਹਨਾਂ ਦੀਆਂ ਕਹਾਣੀਆਂ ਦਾ ਹਿੱਸਾ ਨੇ ਤੇ ਤਿੰਨ ਚਾਰ ਕਹਾਣੀਆਂ ਅਸੀਂ ਚੁਣੀਆਂ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਰੇਮਨ ਕੌਣ ਆ ਕਿੱਥੇ ਰਹਿੰਦੇ ਨੇ ਕੀ ਕਰਦੇ ਨੇ ਮੈਨੂੰ ਉਸ ਬਾਰੇ ਕੋਈ ਨਹੀਂ ਪਤਾ ਮੈਂ ਕੁਝ ਸਮਾਂ ਪਹਿਲਾਂ ਇੱਕ ਕੁੜੀ ਨੇ ਫੇਸਬੁੱਕ ਤੇ ਉਹਨਾਂ ਦੀਆਂ ਕਹਾਣੀਆਂ ਬਾਰੇ ਲਿਖਿਆ ਸੀ ਰਮਨਦੀਪ ਬਿਰਕ ਹੋਣਾ ਨੇ ਉਸ ਵਕਤ ਪੜਿਆ ਸੀ ਇਸ ਕਿਤਾਬ ਬਾਰੇ ਤੇ ਕਿਤਾਬ ਨੂੰ ਮੈਂ ਹੁਣ ਪੜਿਆ ਤੇ ਉਹਨਾਂ ਨੇ ਬੜੀ ਜ਼ਿਆਦਾ ਤਾਰੀਫ਼ ਕੀਤੀ ਹੋਈ ਸੀ ਤਾਂ ਫਿਰ ਮੈਂ ਥੱਲੇ ਜਾ ਕੇ ਜਦੋਂ ਕਮੈਂਟਸ ਪੜੇ ਉਹਦੇ ਵਿੱਚ ਵੀ ਲੋਕਾਂ ਨੇ ਇਹਨਾਂ ਦੀ ਲੇਖਣੀ ਦੀ ਬਹੁਤ ਤਾਰੀਫ਼ ਕੀਤੀ ਹੋਈ ਸੀ ਤੇ ਇਸ ਕਿਤਾਬ ਦੇ ਉੱਪਰ ਜਿਹੜੀ ਇਹਨਾਂ ਦੀ ਤਸਵੀਰ ਆ ਸ਼ਾਇਦ ਇਹ ਤੁਹਾਨੂੰ ਕਲੀਅਰ ਦਿਸੇ ਉਹਦੇ ਤੋਂ ਲੱਗਦਾ ਹੈ ਕਿ ਬਹੁਤ ਛੋਟੀ ਉਮਰ ਦੇ ਨੇ ਤੇ ਜਿਨ੍ਹਾਂ ਨੇ ਇਸ ਕਿਤਾਬ ਨੂੰ ਪ੍ਰਕਾਪ ਛਾਪਿਆ ਹੈ ਉਹਨਾਂ ਨੇ ਦੋ ਕੁ ਲਾਈਨਾਂ ਲਿਖੀਆਂ ਹੋਈਆਂ ਨੇ ਕਿ ਜਿਵੇਂ ਦਾ ਰੇਮਨ ਨੇ ਇਸ ਕਿਤਾਬ ਦੇ ਵਿੱਚ ਲਿਖਿਆ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਹੋ ਉਹ ਬਿਲਕੁਲ ਇਦੋਂ ਉਲਟ ਨੇ ਉਹਨਾਂ ਦੀ ਬੋਲਚਾਲ ਬਿਲਕੁਲ ਇਸ ਤੋਂ ਅਲੱਗ ਹੈ ਤੇ ਵੱਖਰੀ ਹੈ ਤੇ ਬਾਕੀ ਬਲਦੇਵ ਉਹਨਾਂ ਨੂੰ ਜਾਦਾ ਪਤਾ ਹੁੰਦਾ ਕਿਤਾਬਾਂ ਬਾਰੇ ਆਪਾਂ ਗੱਲਬਾਤ ਕਰਨ ਲਈ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਤਿ ਸ਼੍ਰੀ ਅਕਾਲ ਬਲਦੇਵ ਸਤਿ ਸ਼੍ਰੀ ਅਕਾਲ ਬਲਦੇਵ ਕੀ ਹਾਲ ਹੈ ਵਧੀਆ ਵਧੀਆ ਬਣੀ ਠੀਕ ਠਾਕ ਕਿਵੇਂ ਚੱਲ ਰਿਹਾ ਤੁਹਾਡਾ ਕਿਤਾਬਨਾਮਾ ਮੇਰਾ ਸਫਰ ਕਿਤਾਬਨਾਮਾ ਹੁਣ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਮੈਂ ਅੱਗੇ ਵੀ ਗਿਆ ਸੀ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਮੈਨੂੰ ਇਹੀ ਹੈ ਕਿ ਪੜ੍ਹਨ ਦੇ ਲਈ ਮੈਂ ਸਮਾਂ ਕੱਢਣ ਲੱਗ ਪਿਆ ਹੋਰ ਹੈ ਨਾ ਹੁਣ ਜ਼ਿੰਮੇਵਾਰੀ ਜੀ ਬਣਦੀ ਹੈ ਇੱਕ ਅੱਗੇ ਤਾਂ ਹੁੰਦਾ ਸੀ ਕਿ ਇਹ ਵੀ ਸਮਾਂ ਨਹੀਂ ਵੀ ਮਿਲਦਾ ਸੀਗਾ ਤਾਂ ਗੈਪ ਪੈ ਜਾਂਦਾ ਸੀਗਾ ਤਾਂ ਹੁਣ ਇਹ ਹੁੰਦਾ ਵੀ ਲਗਾਤਾਰ ਪੜ ਜਦੋਂ ਮੈਂ ਇਹ ਦੋ ਕਿਤਾਬਾਂ ਪੜੀਆਂ ਨਾ ਅੱਜ ਹੀ ਮੈਂ ਇੱਕ ਸਟੇਟਸ ਲਿਖਿਆ ਸੀਗਾ ਕਿ ਚਾਹ ਦਾ ਕੱਪ ਕਿਤਾਬ ਤੇ ਤੇਰਾ ਮੈਨੂੰ ਇੱਕੋ ਜਿੰਨਾ ਚਾਹੀਦਾ ਹੈ ਨਾ ਤੇ ਦੋ ਦਿਨ ਮੈਂ ਇਹ ਦੋ ਤਿੰਨ ਕਿਤਾਬਾਂ ਪੜੀਆਂ ਮੈਨੂੰ ਬੜਾ ਚੰਗਾ ਲੱਗਿਆ ਮਤਲਬ ਹੈ ਨਾ ਇੱਕ ਤਾਂ ਕਿਤਾਬ ਪੜ੍ਹਨ ਦਾ ਫਾਇਦਾ ਇਹ ਹੁੰਦਾ ਹੈ ਵੀ ਤੁਸੀਂ ਆਲੇ-ਦੋਲੇ ਦੀਆਂ 네ਗਟਿਵ ਦੀਆਂ ਚੀਜ਼ਾਂ ਨਾਲੋਂ ਟੁੱਟ ਜਾਂਦੇ ਹੋ ਹਨ ਤੇ ਦੂਜਾ ਚੀਜ਼ ਹੁੰਦੀ ਹੈ ਮੈਨੂੰ ਲੱਗਦਾ ਕਿ ਇੱਕ ਕਿਤਾਬ ਹੀ ਹੁੰਦੀ ਹੈ ਜਿਹਨੂੰ ਪੜ੍ਹਨ ਤੋਂ ਬਾਅਦ ਖਤਮ ਕਰਨ ਤੋਂ ਬਾਅਦ ਲੱਗਦਾ ਕਿ ਬੰਦਾ ਥੋੜਾ ਭਰ ਗਿਆ ਹੋਰ ਹੈ ਨਾ ਤੇ ਜਿਵੇਂ ਨਾ ਇਹਦੀ ਮੈਨੂੰ ਸਭ ਤੋਂ ਚੀਜ਼ ਸੋਹਣੀ ਲੱਗੀ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਕਿ ਇਹਦੀ ਪਹਿਲੀ ਜਿਹੜੀ ਆ ਲਾਈਨ ਲਿਖੀ ਹੋਈ ਆ ਕਿ ਇਸ ਕਿਤਾਬ ਨੂੰ ਉਹਨਾਂ ਨੇ ਉਹਨਾਂ ਕੁੜੀਆਂ ਦੇ ਨਾਂ ਤੇ ਕੀਤਾ ਹੈ ਕਿ ਬੱਸ ਵਿੱਚ ਸਫ਼ਰ ਕਰਦੀਆਂ ਉਹਨਾਂ ਸਾਰੀਆਂ ਔਰਤਾਂ ਦੇ ਨਾਂ ਜਿਨ੍ਹਾਂ ਨੂੰ ਪਰਸ ਵਿੱਚ ਕਿਤਾਬ ਰੱਖਣ ਦੀ ਆਦਤ ਆ ਮੈਨੂੰ ਲੱਗਿਆ ਕਿ ਪਹਿਲਾਂ ਤਾਂ ਮੇਰੇ ਨਾਂ ਹੀ ਆ ਕਿਉਂਕਿ ਮੇਰੇ ਪਰਸ 'ਚ ਹਮੇਸ਼ਾ ਇੱਕ ਕਿਤਾਬ ਹੁੰਦੀ ਆ ਨਾ ਤੇ ਤੁਸੀਂ ਕਦੋਂ ਪੜ੍ਹੀ ਸੀਗੀ ਕਿਤਾਬ ਮੈਂ ਪਹਿਲਾਂ ਉਹਦੀ ਕਹਾਣੀ ਪੜ੍ਹੀ ਸੀਗੀ ਇੱਕ ਪੌਂਦਾ ਕੀ ਨਾਮ ਇੱਥੇ ਹੈਗਾ ਦੇਖਦੇ ਆ ਅੰਬਾ ਮਰ ਜਾਣੀ ਹੂੰ ਤਾਂ ਪਹਿਲੀ ਕਹਾਣੀ ਛਦਨ ਦੀ ਇਹੀ ਛਪੀ ਸੀਗੀ ਆਪਣਾ ਜਿਹੜਾ ਮੈਗਜ਼ੀਨ ਆਉਂਦਾ ਪੰਜਾਬੀ ਦਾ ਕਹਾਣੀਆਂ ਵਾਲਾ ਉਹ ਆਇਆ ਸਾਲ ਬਾਅਦ ਛਪਦਾ ਇੱਕ ਹਾਂ ਤਾਂ ਉਹਦੇ ਚ ਪੜੀ ਸੀ ਪੰਜਾਬੀ ਕਹਾਣੀ ਮੈਂ ਤਾਂ ਫਿਰ ਉਦੋਂ ਥੋੜੇ ਜਿਹਰੇ ਬਦਲੇ ਦੀ ਕਿਤਾਬ ਆਈ ਆ ਤਾਂ ਫਿਰ ਮੈਂ ਕਿਤਾਬ ਵੀ ਪੜ੍ਹ ਲਈ ਥੋੜੀ ਜੀ ਦੁਕਤਾਂ ਬਾਈ ਆ ਇਹ ਮੈਂ ਥੋੜਾ ਜਾਂ ਐ ਪੜੀ ਇੱਕ ਤਾਂ ਕਿਉਂਕਿ ਇਹ ਰੇਮਨ ਮੇਰੇ ਸ਼ਹਿਰ ਦੇ ਆ ਮੁਕਤਰ ਰਹਿੰਦੇ ਆ ਤੇ ਮੇਰੇ ਪਿੰਡਾਂ ਦੇ ਕੋਲੇ ਹੀ ਆ ਹੂੰ ਤਾਂ ਫਿਰ ਥੋੜਾ ਜਿਹਾ ਆਪਣਾ ਇਹ ਹੋ ਵੀ ਜਾਂਦਾ ਵੀ ਆਪਣੇ ਇਲਾਕੇ ਦੇ ਕੋਈ ਲੇਖਕ ਹਨ ਤਾਂ ਉਹ ਚਾਰ ਨਾਲ ਪੜਿਆ ਸੀ ਮੈਂ ਤੁਸੀਂ ਜਾਣਦੇ ਹੋ ਇਹਨਾਂ ਨੂੰ ਉਦਾਂ ਮੈ ਪਰ ਕਹਾਣੀ ਤੋਂ ਬਾਅਦ ਇਹਨਾਂ ਦੀ ਦੁਕਾਨੇ 26 ਸੂਤ ਬਦਨਾ ਉਹਦੀ ਫੇਸਬੁੱਕ ਤੇ ਕਾਫੀ ਚਰਚਾ ਛੜੀ ਸੀਗੀ ਤਾਂ ਮੈਨੂੰ ਵੀ ਥੋੜੇ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਕਿ ਰੇਮਨ ਕੌਣ ਆ ਤਾਂ ਮੈਂ ਜਦੋਂ ਮੈਂ ਪਤਾ ਕੀਤਾ ਤਾਂ ਫਿਰ ਪਤਾ ਲੱਗਾ ਕਿ ਗੁਰੂ ਨਾਨਕ ਕਾਲਜ ਤੋਂ ਪੜ੍ਹੇ ਹੋਏ ਆ ਮੁਖਸਰ ਤੋਂ ਤਾਂ ਇਹਨਾਂ ਦੇ ਜਿਹੜਾ ਹੋਰ ਗਰੁੱਪ ਮਿਲੀਆਂ ਦੀਆਂ ਜਿਹੜੀ ਹੋਰ ਸਿੱਖ ਲੀਆਂ ਨੇ ਉਹ ਮੈਨੂੰ ਜਾਣਦੀਆਂ ਨੇ ਤਾਂ ਕਰਕੇ ਇਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਕਈ ਵਾਰ ਪਰ ਮਿਲੇ ਨਹੀਂ ਅਜੇ ਤੱਕ ਜਿਵੇਂ ਮੈਨੂੰ ਨਾ ਲੱਗਿਆ ਵੀ ਇਹਨਾਂ ਨੇ ਸ਼ਾਇਦ ਬਹੁਤ ਪੜਿਆ ਹੋਊਗਾ ਹਨਾ ਜਦੋਂ ਤੁਸੀਂ ਕਿਸੇ ਨੂੰ ਮਤਲਬ ਐਵੇਂ ਦੀ ਕੋਈ ਚੀਜ਼ ਬਾਰੇ ਸੋਚ ਕੇ ਪੜਦੇ ਹੋ ਵੀ ਅਸੀਂ ਇਸ ਕਿਤਾਬ ਤੇ ਗੱਲ ਕਰਾਂਗੇ ਉਦੋਂ ਤੁਹਾਡਾ ਥੋੜਾ ਜਿਹਾ ਨਜ਼ਰੀਆ ਪੜਨ ਵਾਲੇ ਚੇਂਜ ਹੋ ਜਾਂਦਾ ਹਨਾ ਕਿ ਤੁਸੀਂ ਉਹ ਚੋਂ ਸਭ ਤੋਂ ਚੰਗੀਆਂ ਚੀਜ਼ਾਂ ਲੱਭਣ ਲੱਗ ਜਾਂਦੇ ਹੋ ਤਾਂ ਮੈਨੂੰ ਲੱਗਿਆ ਸੀ ਕਿ ਇਹਨਾਂ ਨੇ ਬਹੁਤ ਸਾਰੀਆਂ ਕਹਾਣੀਆਂ ਚ ਜਿਵੇਂ ਇਹਨਾਂ ਨੇ ਉਹਨਾਂ ਨੂੰ ਨਰੇਟ ਕੀਤਾ ਮਤਲਬ ਉਸ ਵਿਸ਼ੇ ਬਾਰੇ ਇੰਨਾ ਡੂੰਘਾ ਹੋਣਾ ਉਹ ਬਹੁਤ ਵੱਡੀ ਚੀਜ਼ ਹੈ ਨਾ ਬਹੁਤ ਪੜਦੇ ਲਿਖਦੇ ਹੋਣਗੇ ਮੇਰੇ ਜਿੰਨੇ ਕਿ ਮੈਂ ਜਾਣਦਾ ਉਹਦੇ ਮੁਤਾਬਕ ਤਾਂ ਇਹੀ ਹੈ ਕਿ ਬਹੁਤਾ ਪੜਦੇ ਨਹੀਂ ਇਹਨਾਂ ਦਾ ਇਹੀ ਕਹਿਣਾ ਹੈ ਨਾ ਤੇ ਪਰ ਫਿਰ ਵੀ ਮੈਨੂੰ ਲੱਗਦਾ ਕਿ ਨਜ਼ਰੀਆ ਹੁੰਦਾ ਜਿਵੇਂ ਆਪਣਾ ਅੱਗੇ ਵੀ ਗੱਲ ਹੋਈ ਹੈ ਕਿ ਪਹਿਲੀ ਦੀ ਕਿਤਾਬ ਪਹਿਲਾ ਨਾਵਲ ਪਹਿਲੀ ਕਹਾਣੀ ਵੀ ਕਿਸੇ ਨੇ ਲਿਖੀ ਹੋਣੀ ਹੈ ਸ਼ਾਇਦ ਪੜਨ ਦੇ ਨਾਲੋਂ ਜ਼ਿਆਦਾ ਸੈਂਸਿਟਿਵ ਹੋਣਾ ਜ਼ਰੂਰੀ ਹੈ ਲੇਖਕ ਦੇ ਲਈ ਜੇ ਤੁਸੀਂ ਸੈਂਸਿਟਿਵ ਹੋ ਤਾਂ ਤੁਸੀਂ ਜਿਹੜੇ ਆਸ-ਪਾਸੇ ਆਪਣੇ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਤੁਸੀਂ ਇੱਕ ਅਲੱਗ ਨਜ਼ਰੀਏ ਤੋਂ ਦੇਖਦੇ ਹੋ ਤੇ ਉਸ ਤੋਂ ਬਾਅਦ ਜਿਵੇਂ ਮੈਨੂੰ ਆਈਡੀਆ ਹੈਗਾ ਕਿ ਸ਼ਾਇਦ ਪੰਜਾਬੀ ਦੀ ਐਮਏ ਕੀਤੀ ਹੋਈ ਹੈ ਇਹਨਾਂ ਨੇ ਹਮ ਇਹ ਪਹਿਲੀ ਕਿਤਾਬ ਹੈ ਇਹਨਾਂ ਦੀ ਹਾਂ ਪਹਿਲੀ ਕਿਤਾਬ ਹੈ ਜੀ ਹਮ ਤੇ ਜਿਵੇਂ ਆਪਾਂ ਇਹ ਚ ਤਿੰਨ ਚਾਰ ਕਹਾਣੀਆਂ ਚੁਣੀਆਂ ਸੀਗੀਆਂ ਹਨਾ ਮੈਨੂੰ ਕਹਾਣੀ ਸੋਹਣੀ ਲੱਗੀ ਸੀ ਸਭ ਤੋਂ ਜ਼ਿਆਦਾ ਇੱਕ ਨੁਕਤੇ ਤੇ ਗੱਲ ਮੁੱਕਦੀ ਹੈ ਹਨਾ ਤੇ ਜਿਵੇਂ ਤੁਸੀਂ ਸੋਚਿਆ ਸੀ ਕਿ ਆਪਾਂ ਆਹ ਤਿੰਨ ਚਾਰ ਕਹਾਣੀਆਂ ਤੇ ਗੱਲ ਕਰਦੇ ਹਾਂ ਕਿ ਕੰਦ ਚ ਉੱਗੀ ਚ ਮੇਲੀ ਅੰਬਾ ਮਰ ਜਾਣੀ ਤੇ ਇੱਕ ਨੁਕਤੇ ਤੇ ਗੱਲ ਮੁੱਕਦੀ ਹੈ ਤੇ ਮੈਨੂੰ ਆ ਕਹਾਣੀ ਵੀ ਬਹੁਤ ਸੋਹਣੀ ਲੱਗੀ ਸੀ ਯਹਾਂ ਅੱਛੀ ਔਰਤ ਨਹੀਂ ਹਾਂ ਇਹ ਕਹਾਣੀ ਵੀ ਮਤਲਬ ਇਹਨਾਂ ਦੀਆਂ ਕਹਾਣੀਆਂ ਸਾਰੀਆਂ ਸੋਹਣੀਆਂ ਨੇ ਮਤਲਬ ਕੁਝ ਪੰਜ ਚਾਰ ਕਹਾਣੀਆਂ ਨੇ ਜਿਹੜੀਆਂ ਮੈਨੂੰ ਨਹੀਂ ਚੰਗੀਆਂ ਲੱਗੀਆਂ ਉਹ ਮੈਨੂੰ ਚੰਗੀਆਂ ਇਸੇ ਕਰਕੇ ਨਹੀਂ ਲੱਗੀਆਂ ਕਿਉਂਕਿ ਜਦੋਂ ਆਪਾਂ ਯਹਾਂ ਅੱਛੀ ਔਰਤ ਨਹੀਂ ਮਿਲਦੀ ਕੰਧ ਜੋਗੀ ਚਮੇਲੀ ਅੰਬਾ ਮਰ ਜਣੀ ਇਹ ਕਹਾਣੀਆਂ ਪੜ ਲੈਂਦੇ ਆ ਤਾਂ ਦੂਜੀ ਕਹਾਣੀ ਇਹਨਾਂ ਦੇ ਕਹਾਣੀਆਂ ਦੇ ਅੱਗੇ ਐ ਲੱਗਦਾ ਕਿ ਨਹੀਂ ਉਹ ਕੱਲ ਨਹੀਂ ਬਣੀਗੀ ਸ਼ਾਇਦ ਜੋ ਉਹੀ ਕੱਲੀਆਂ ਪੜੀ ਹੋਣ ਤਾਂ ਪੜੀਆਂ ਤਾਂ ਆਪ ਨੂੰ ਉਹ ਵੀ ਸੋਹਣੀਆਂ ਲੱਗਣ ਹਨਾ ਬਾਕੀ ਰਵਿੰਦਰ ਜੀ ਜਿਵੇਂ ਤੁਸੀਂ ਕਿਹਾ ਕਿ ਕਹਾਣੀਆਂ ਮੈਂ ਪਰਫੈਕਟ ਮੈਨੂੰ ਵੀ ਲੱਗਿਆ ਵੀ ਇਹ ਉਹੀ ਸ਼ੈਲੀ ਦੀਆਂ ਕਹਾਣੀਆਂ ਨੇ ਨਾ ਜਿਹੜੀਆਂ ਮੰਟੋ ਨੇ ਲਿਖੀਆਂ ਇਸ਼ਮਤ ਚਕਤਾਈ ਨੇ ਲਿਖੀਆਂ ਅਮਰਤਾ ਪ੍ਰੀਤਮ ਦਾ ਹੋ ਗਿਆ ਜਾਂ ਵੀਨਾ ਵਰਮਾ ਹੋਈ ਹੈ ਨਾ ਵੀ ਉਹੀ ਵਿਸ਼ੇ ਨੇ ਔਰ ਇਹਨਾਂ ਨੇ ਲਿਖਿਆ ਵੀ ਹੋਇਆ ਸਭ ਤੋਂ ਪਹਿਲਾਂ ਜਿਹੜਾ ਲਿਖਿਆ ਹੋਇਆ ਅਗਲੇ ਦੂਜੇ ਪੇਜ ਤੇ ਦੂਜੀ ਗੱਲ ਨਾ ਕੋਈ ਵੀ ਗੱਲ ਕਿਸੇ ਵੀ ਮੂੰਹ ਤੋਂ ਆਖੀ ਜਾ ਸਕਦੀ ਹੈ ਉਹ ਚੰਗੀ ਲੱਗ ਸਕਦੀ ਹੈ ਤੇ ਨਹੀਂ ਵੀ ਪਰ ਹਾਂ ਉਹ ਆਖੀ ਜਾ ਸਕਦੀ ਹੈ ਮੈਂ ਆਪਣੇ ਹਿੱਸੇ ਆਉਂਦੀ ਗੱਲ ਕਹਿ ਦਿਤੀ ਹੈ ਇਹਨਾਂ ਕਹਾਣੀਆਂ ਨਾਲ ਮੈਂ ਉਹਨਾਂ तमाम ਔਰਤਾਂ ਨੂੰ ਹਥੇਲੀ ਤੇ ਰੱਖ ਕੇ ਜ਼ੁਬਾਨ ਦੇ ਰਹੀਆਂ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚੋਂ ਕੇਵਲ ਸ਼ਾਮ ਦਾ ਹਿੱ ਇਥੋਂ ਲੱਗਦਾ ਕਿ ਇਹਨੇ ਔਰਤ ਦੀ ਤਕਲੀਫ ਦੀ ਗੱਲ ਕੀਤੀ ਹੋਊਗੀ ਜ਼ਿਆਦਾਤਰ ਵੀ ਉਸ ਨੁਕਤੇ ਤੋਂ ਕਹਾਣੀਆਂ ਲਿਖੀਆਂ ਹੋਣਗੀਆਂ ਤੇ ਦੂਜੀ ਗੱਲ ਰੁਪਿੰਦਰ ਇਹ ਆ ਵੀ ਜਦੋਂ ਸਮੱਸਿਆਵਾਂ ਹਜੇ ਤੱਕ ਹੈਗੀਆਂ ਨੇ ਜਦੋਂ ਇਸ਼ਮਤ ਲਿਖਦੀ ਸੀ ਇਸ਼ਮਤ ਚਕਦਾਈ ਤੋਂ ਉਦੋਂ ਵੀ ਉਹੀ ਸਮੱਸਿਆਵਾਂ ਸੀਗੀਆਂ ਮੰਟੋ ਲਿਖਦਾ ਸੀ ਉਦੋਂ ਵੀ ਉਹੀ ਸਮੱਸਿਆਵਾਂ ਸੀ ਫਿਰ ਅਮਰਤਾ ਆ ਗਈ ਕਵਿਨਾ ਵਰਮਾ ਆ ਗਈ ਤਾਂ ਸਾਡੇ ਸਮਾਜ 'ਚ ਸਮੱਸਿਆਵਾਂ ਉਹੀ ਖੜੀਆਂ ਨੇ ਹਜੇ ਤੱਕ ਔਰਤ ਨੂੰ ਹਜੇ ਤੱਕ ਉਸੇ ਪੱਖ ਤੋਂ ਦੇਖਿਆ ਜਾਂਦਾ ਹਨ ਤਾਂ ਸ਼ਾਇਦ ਜਿੰਨਾ ਚਿਰ ਔਰਤਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਜਿਵੇਂ ਹੁਣ ਅੱਗੇ ਰੇਮਨ ਆ ਗਈ ਔਰ ਕੋਈ ਹੋਰ ਆਜੂਗਾ ਤੇ ਉਹ ਔਰਤਾਂ ਦੀ ਗੱਲ ਕਰਦੇ ਰਹਿਣਗੇ ਲੇਕਿਨ ਪਰ ਮੈਨੂੰ ਜਿਵੇਂ ਬੱਗੀ ਦਾੜੀ ਜਿਹੜੀ ਕਹਾਣੀ ਸੀ ਨਾ ਚਲੋ ਆਪਾਂ ਉਹਦੇ ਤੇ ਗੱਲ ਤਾਂ ਇਸ ਉਹਦੇ ਪਰ ਉਹ ਮੈਨੂੰ ਲੱਗਿਆ ਸੀਗਾ ਕਿ ਇਹ ਇੱਕ ਪਾਸੜ ਨਹੀਂ ਲਿਖ ਸਕਦੀ ਹਨ ਉਹ ਨਹੀਂ ਲਿਖਦੀ ਇਹ ਵਾਕਈ ਗੱਲ ਹੈ ਕਿ ਆਪਾਂ ਵੀ ਇਸ ਆਲੇ ਦੁਆਲੇ 'ਚ ਰਹਿੰਦੇ ਕਈ ਵਾਰੀ ਆਪਣਾ ਬਹੁਤ ਜ਼ਿਆਦਾ ਧਿਆਨ ਆ ਜਿਹੜਾ ਉਹ ਸਿਰਫ ਜਨਾਨੀ ਦੇ ਮੁੱਦੇ ਤੇ ਹੀ ਰਹਿੰਦਾ ਹਨ ਮੈਨੂੰ ਲੱਗਦਾ ਹੈ ਕਿ ਇਹ ਵੀ ਹਰ ਉਸ 50 ਜਾਂ 45 ਸਾਲ ਦੀ ਉਮਰ ਤੋਂ ਬਾਅਦ ਦੀ ਜਨਾਨੀ ਨੂੰ ਪੜ੍ਹਨੀ ਚਾਹੀਦੀ ਹੈ ਜਿਹਨੂੰ ਲੱਗਦਾ ਹੈ ਕਿ ਉਹਦੀ ਘਰਗ੍ਰਸਤੀ ਹੈ ਜਿਹੜੀ ਉਹ ਮਤਲਬ ਕਿਵੇਂ ਚੰਗੀ ਚੱਲ ਸਕਦੀ ਹੈ ਹਨ ਵੇ ਅਸੀਂ ਬੰਦਿਆਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਤੇ ਇਹ ਬਹੁਤ ਸੌਖੇ ਜਿਹੇ ਢੰਗ ਨਾਲ ਉਹਨਾਂ ਨੇ ਕੋਈ ਐਦਾਂ ਬਹੁਤ ਜ਼ਿਆਦਾ ਡੁੰਗੇ ਸ਼ਬਦ ਨਹੀਂ ਵਰਤੇ ਕੋਈ ਐਦਾਂ ਬਹੁਤ ਵੱਡਾ ਹੋਊਆ ਜਿਹਾ ਬਣਾ ਕੇ ਨਹੀਂ ਉਸ ਚੀਜ਼ ਨੂੰ ਮਤਲਬ ਆਪਾਂ ਨੂੰ ਮਹਿਸੂਸ ਕਰਾਇਆ ਕਿ ਬੰਦਾ ਆਪਦੀ ਕਿਸ ਜ਼ਰੂਰਤ ਤੇ ਗੱਲ ਕਰਦਾ ਨਾ ਤੇ ਪਰ ਉਹ ਮੈਨੂੰ ਬਹੁਤ ਸੋਹਣੀ ਲੱਗੀ ਉਹ ਚੀਜ਼ ਵੀ ਹਾਂ ਇਹ ਤਾਂ ਅਰਪਿੰਦਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸਿਰਫ ਔਰਤਾਂ ਦੇ ਲਈ ਹੀ ਲਿਖ ਰਹੀ ਹੈ ਕਿ ਲੇਖਕ ਤਾਂ ਲੇਖਕ ਹੁੰਦਾ ਨਾ ਉਹ ਸਾਂਝਾ ਹੁੰਦਾ ਮਰਦਾਂ ਦਾ ਵੀ ਹੁੰਦਾ ਔਰਤਾਂ ਦਾ ਵੀ ਹੁੰਦਾ ਪਰ ਕਈ ਵਾਰੀ ਲੇਖਕ ਕੋਸ਼ਿਸ਼ ਕਰ ਰਿਹਾ ਹੁੰਦਾ ਕਿਸੇ ਖਾਸ ਸਮੱਸਿਆ ਤੇ ਗੱਲ ਕਰਨ ਦੀ ਉਹ ਸਮੱਸਿਆ ਮਰਦ ਦੀ ਵੀ ਹੋ ਸਕਦੀ ਹੈ ਸਮੱਸਿਆ ਔਰਤ ਦੀ ਵੀ ਹੋ ਸਕਦੀ ਹੈ ਜਾਂ ਆਪਣੇ ਸਮਾਜ ਦੇ ਵਿੱਚ ਹੋਰ ਵੀ ਬਥੇਰਾ ਕੁਝ ਉਲਝੇ ਹੋਏ ਹਨ ਕਿ ਲੇਖਕ ਕਿਸੇ ਵੀ ਉਲਝਣ ਦੀ ਗੱਲ ਕਰ ਸਕਦਾ ਹੁੰਦਾ ਤਾਂ ਸ਼ਾਇਦ ਆ ਜੀ ਦੂਜੀ ਕਿਤਾਬ ਦੀ ਵੀ ਤਿਆਰੀ ਆ ਉਹ ਵੀ ਮੈਨੂੰ ਲੱਗਦਾ ਥੋੜੇ ਟਾਈਮ ਤੱਕ ਆ ਜਾਣੀ ਹੈ ਤਾਂ ਦੇਖਾਂਗੇ ਉਹਦੇ ਵਿੱਚ ਹੋਰ ਨਵੀਆਂ ਗੱਲਾਂ ਕੀ ਕੀਤੀਆਂ ਹੋਈਆਂ ਇੱਕ ਜਿਵੇਂ ਆਪਾਂ ਪਹਿਲੀ ਉਹ ਕਹਾਣੀ ਹੈ ਨਾ ਸ਼ੁਰੂ ਕਰਦੇ ਆ ਅੰਬਾ ਮਰ ਜਾਣੀ ਪਹਿਲਾਂ ਆਪਾਂ ਇਹਦੇ ਤੋਂ ਗੱਲਬਾਤ ਸ਼ੁਰੂ ਕਰਦੇ ਆ ਮੇਰੀ ਇੱਕ ਸਹੇਲੀ ਆ ਤੇ ਉਹਨੇ ਮੈਨੂੰ ਇੱਕ ਵਾਰੀ ਕਿਹਾ ਸੀਗੀ ਕਿ ਜਦੋਂ ਉਹਦਾ ਵਿਆਹ ਹੋਇਆ ਨੋ 25 24 25 ਸਾਲ ਹੋ ਗਏ ਹਨ ਤੇ ਉਹ ਕਹਿੰਦੀ ਵੀ ਜਦੋਂ ਮੈਨੂੰ ਦੇਖਣ ਲਈ ਆਏ ਸੀਗੇ ਉਹਦੇ ਜਿਹੜਾ ਮਤਲਬ ਸਹੁਰਾ ਪਰਿਵਾਰ ਆ ਤੇ ਕਹਿੰਦੀ ਸਾਡੇ ਗਵਾਂਢ ਚੋਂ ਕੋਈ ਬੈਠੇ ਸੀ ਜਦੋਂ ਉਹਨਾਂ ਨੇ ਮੇਰੇ ਘਰ ਵਾਲੇ ਨੂੰ ਦੇਖਿਆ ਤੇ ਉਹ ਮਤਲਬ ਮੇਰੇ ਮੁਕਾਬਲੇ ਇੰਨੇ ਜਿਆਦਾ ਸੋਹਣੇ ਸੀਗੇ ਤੇ ਕਹਿੰਦੀ ਮੇਰੇ ਗਵਾਂਢਣ ਚੋ ਤਾਈ ਲੱਗਦੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਵੀ ਵਿਆਹ ਨਾ ਕਰਾਈ ਤੂੰ ਜਵਾਬ ਦੇ ਦੇ ਕਹਿੰਦੀ ਮੈਂ ਕਿਹਾ ਕਿਉਂ ਮੁੰਡਾ ਇੰਨਾ ਸੋਹਣਾ ਕਹਿੰਦੀ ਉਹ ਕਹਿੰਦੇ ਵੀ ਸੋਹਣੇ ਮੁੰਡਿਆਂ ਦੀ ਰਾਖੀ ਬਹੁਤ ਹੁੰਦੀ ਆ ਹਨਾ ਉਹ ਗੱਲ ਤਾਂ ਉਹ ਹਾਸੇ-ਹਾਸੇ ਚ ਹੀ ਕਹਿੰਦੇ ਨੇ ਪਰ ਇਹ ਚ ਉਹੀ ਸਮੱਸਿਆ ਦੱਸੀ ਹੋਈ ਆ ਹਨਾ ਕਿ ਇੱਕ ਜਦੋਂ ਬਹੁਤ ਐਵਰੇਜ ਮਤਲਬ ਬੰਦੇ ਦਾ ਇੱਕ ਬਹੁਤ ਸੋਹਣੀ ਜਨਾਨੀ ਨਾਲ ਵਿਆਹ ਹੋ ਜਾਂਦਾ ਤਾਂ ਉਹਦੇ ਵਿੱਚ ਵੀ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਸੋਚ ਹੀ ਨਹੀਂ ਸਕਦੇ ਹਨਾ ਕਿ ਕਿੰਨੀਆਂ ਚੀਜ਼ਾਂ ਵਾਪਰ ਦੀਆਂ ਨੇ ਜਿਵੇਂ ਇਹਦੀ ਜਿਹੜੀ ਪਾਤਰ ਆ ਬਿਊ ਇੰਨੀ ਜਿਆਦਾ ਸੋਹਣੀ ਆ ਕਿ ਉਹਨੇ ਦੋ ਤਿੰਨ ਲਾਈਨਾਂ ਚ ਲਿਖਿਆ ਹੈ ਕਿ ਉਹ ਘਰ ਤੋਂ ਬਾਹਰ ਹਰ ਇੱਕ ਨੂੰ ਪਸੰਦ ਆ ਜਾਂਦੀ ਹੈ ਨਾ ਮੈਨੂੰ ਲੱਗਦਾ ਹਰ ਇੱਕ ਨੂੰ ਪਸੰਦ ਆ ਜਾਂਦੀਆਂ ਵੀ ਕਿੰਨੀਆਂ ਦਿੱਕਤਾਂ ਨੇ ਉਹ ਇਹਦੇ ਚ ਦੱਸੀਆਂ ਹੋਈਆਂ ਨੇ ਤੇ ਤੁਸੀਂ ਕਿਵੇਂ ਸੋਚਿਆ ਸੀ ਇਸ ਕਹਾਣੀ ਨੂੰ ਹਾਂ ਇਹ ਕਹਾਣੀ ਚ ਦਿੱਕਤਾਂ ਵੀ ਹੈਗੀਆਂ ਜਿਹੜੀ ਤੁਸੀਂ ਦੱਸੀਆਂ ਸੋਹਣੀ ਵਾਲੀ ਗੱਲ ਉਹ ਚ ਲਿਖ ਕੇ ਲਿਖਦੀ ਵੀ ਹੈਗੀ ਹੈ ਨਾ ਪਰ ਮੈਨੂੰ ਲੱਗਦਾ ਮੇਨ ਜਿਹੜੀ ਕਹਾਣੀ ਦਾ ਜਿਹੜਾ ਫੋਕਸ ਕੀਤਾ ਗਿਆ ਉਹ ਜਿਹੜਾ ਆਪਾਂ ਕਹਿ ਦਈਏ ਜਿਵੇਂ ਹੁਣ ਚਲਦੀ ਇੱਕ ਬੈਡ ਟੱਚ ਨਾ ਬੱਚਿਆਂ ਨੂੰ ਵੀ ਦੱਸਿਆ ਜਾਂਦਾ ਤਾਂ ਮੇਨ ਗੱਲ ਉਹਦੀ ਹੋਈ ਆ ਕਿ ਜਿਹੜਾ ਪਾਤਰ ਮੁੜੀ ਮੁੱਖ ਪਾਤਰ ਅੰਬਾ ਹਨਾ ਤਾਂ ਉਹ ਕਿਸੇ ਦਰਜੀ ਕੋਲ ਜਾਂਦੀ ਹੈ ਉਹਨੂੰ ਉਸ ਗਲਤ ਤਰੀਕੇ ਨਾਲ ਛੂੰਦਾ ਕਿਉਂਕਿ ਔਰਤ ਇਸ ਤੀਰ ਨਾਲ ਆ ਕੇ ਬਹੁਤ ਸੈਂਸਿਟਿਵ ਹੁੰਦੀ ਹੈ ਉਹ ਸਮਝਦੀ ਆ ਕਿ ਉਹਨੇ ਕੀਨੇ ਉਹਨੂੰ ਮਤਲਬ ਇੱਕ ਸਨੇਹ ਨਾਲ ਛੋਇਆ ਹੈ ਤੇ ਕੀਨੇ ਉਹਨੂੰ ਇੱਕ ਬੰਦਾ ਇਹ ਇਹਨਾਂ ਸੱਚਾਈ ਆ ਹੁੰਦਾ ਹੀ ਆ ਨਾ ਕਿ ਰੇ ਪੀੜ ਵਾਲੀਆਂ ਥਾਂ ਮਤੇ ਬੱਸਾਂ ਚ ਟ੍ਰੇਨਾਂ ਦੀ ਜਿਹੀਆਂ ਹੁੰਦੀਆਂ ਨੇ ਬੰਦਾ ਜਿੰਨੀ ਮਰਜ਼ੀ ਚਲਾਕੀ ਦੇ ਨਾਲ ਔਰਤ ਨੂੰ ਗਲਤ ਤਰੀਕੇ ਨਾਲ ਛੂਵੇ ਔਰਤ ਨੂੰ ਪਤਾ ਲੱਗ ਜਾਂਦਾ ਹੁੰਦਾ ਉਹ ਨਾ ਬੋਲੇ ਉਹ ਵੱਖਰੀ ਗੱਲ ਹੈ ਨਾ ਤੇ ਸਾਰੀ ਕਹਾਣੀ ਉਸੇ ਦਿਵਾਲੇ ਕੋ ਹੁੰਦੀ ਆ ਵੀ ਉਹ ਦੱਸਦੀ ਆ ਕਿ ਮੇਰੇ ਨਾਲ ਕੁਛ ਇਦਾਂ ਦਾ ਹੋਇਆ ਤਾਂ ਜਾਂ گاਹ ਜਿਹਦੇ ਤੇ ਉਹ ਜਿਹਦੇ ਪਰ ਦੱਸ ਰਹੀ ਉਹਨਾਂ ਦਰਜੇ ਬਾਰੇ ਉਹਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ ਉਹ ਬਜ਼ੁਰਗ ਹੁੰਦਾ ਤਾਂ ਸਾਰੇ ਲੋਕੇ ਗੱਲ ਮੰਨਦੇ ਨਹੀਂ ਕੋਈ ਵੀ ਨਾ ਪਰਿਵਾਰ ਵਾਲੇ ਮੰਨਦੇ ਨਾ ਹੋਰ ਕੋਈ ਬਜ਼ੁਰਗ ਬੰਦਾ ਵੀ ਕੋਈ ਹੋਜੀ ਹਰਕਤ ਕਰ ਸਕਦਾ ਤੇ ਸਾਰੀ ਇਸੇ ਦਿਵਾਲੇ ਹੀ ਕਹਾਣੀ ਪੁਣੀ ਹੋਈ ਹੈ ਸ ਮੈਨੂੰ ਵੀ ਇਹੀ ਚੀਜ਼ ਲੱਗੀ ਕਿ ਕਈ ਵਾਰੀ ਨਾ ਜਿਵੇਂ ਸਾਡੇ ਨਾਲ ਕੋਈ ਘੰਟਿਆਂ ਬੱਧੀ ਬੈਠ ਕੇ ਗੱਲਾਂ ਕਰੀ ਜਾਵੇ ਸਾਨੂੰ ਉਹ ਚ ਕੁਝ ਵੀ ਮਹਿਸੂਸ ਨਹੀਂ ਹੁੰਦਾ ਤੇ ਕਈ ਵਾਰੀ ਤੁਸੀਂ ਸੜਕ ਤੋਂ ਹੀ ਲੰਘ ਰਹੇ ਹੋ ਸਿਰਫ ਤੁਹਾਨੂੰ ਕਿਸੇ ਨੇ ਇੱਕ ਪਲ ਲਈ ਦੇਖਿਆ ਤੇ ਤੁਹਾਨੂੰ ਐ ਲੱਗਦਾ ਹੁੰਦਾ ਵੀ ਇਹ ਬੰਦਾ ਦੁਆਰਾ ਮੇਰੇ ਵੱਲ ਝਾਕ ਕੇ ਨਾ ਹੈਨਾ ਤੇ ਉਹ ਚੀਜ਼ ਮਹਿਸੂਸ ਕਰਾਈ ਗਈ ਆ ਜਿਵੇਂ ਇਹ ਬਹੁਤ ਵੱਡਾ ਆਪਣੇ ਭਲੇਖਾ ਲੋਕਾਂ ਨੂੰ ਕਿ ਵਾਕੇ ਹੀ ਆਪਾਂ ਕਈ ਵਾਰੀ ਨਾ ਕਿਸੇ ਨੂੰ ਉਹਦੀ ਉਮਰ ਦਾ ਨਜਾਇਜ਼ ਫਾਇਦਾ ਦੇ ਦਿੰਨੇ ਆ ਸਾਨੂੰ ਐ ਲੱਗਦਾ ਹੁੰਦਾ ਵੀ ਔਰ 60 ਸਾਲ ਤੋਂ ਬੰਦਾ ਟੱਪਿਆ ਨਹੀਂ ਮਤਲਬ ਇਹ ਤਾਂ ਬਹੁਤ ਸੰਤ ਮਹਾਤਮਾ ਹੋ ਗਿਆ ਹੈ ਨਾ ਸੇਮ ਚੀਜ਼ ਅਸੀਂ ਕਰਦੇ ਹਾਂ ਧਾਰਮਿਕ ਬਾਣੇ ਵਾਲੇ ਲੋਕਾਂ ਨਾਲ ਸਾਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਵੀ ਬੰਦਾ ਕਿਸੇ ਧਰਮ ਨੂੰ ਬਹੁਤ ਜ਼ਿਆਦਾ ਸ਼ਿੱਦਤ ਨਾਲ ਮੰਨਦਾ ਜਾਂ ਮਤਲਬ ਉਹ ਸਾਰਾ ਕੁਝ ਕਰਦਾ ਜੋ ਇੱਕ ਬਹੁਤ ਕਟੜ ਧਾਰਮਿਕ ਬੰਦਾ ਕਰਦਾ ਉਹਦੇ ਵਿੱਚ ਕੋਈ ਐਬ ਨਹੀਂ ਹੋ ਸਕਦਾ ਪਰ ਇਹ ਚੀਜ਼ ਇਹ ਵੀ ਦੱਸਦੀ ਹੈ ਕਿ ਇੱਕ ਚੀਜ਼ ਹੈ ਕਿ ਜਿਹਨੂੰ ਆਪਾਂ ਕਹ ਦਿੰਨੇ ਆ ਕਿ ਫਿਜ਼ੀਕਲ ਨੀਡ ਹੈ ਨਾ ਜਾਂ ਉਹ ਇੱਛਾ ਉਹ ਤਾਂ ਹਰ ਬੰਦੇ 'ਚ ਹੀ ਆ ਉਹ ਕਿਸੇ ਸਾਹਮਣੇ ਕਿਵੇਂ ਉੱਭਰ ਕੇ ਆਉਂਦੀ ਹੈ ਉਸ ਚੀਜ਼ ਦਾ ਕਿਸੇ ਨੂੰ ਨਹੀਂ ਪਤਾ ਹਨਾ ਤਾਂ ਮੁੱਖ ਤੌਰ ਤੇ ਇੱਕ ਜਨਾਨੀ ਦੀ ਹੀ ਸਮੱਸਿਆ ਹੈ ਕਿ ਜਦੋਂ ਉਹਦਾ ਆਲਾ ਦਵਾਲਾ ਉਹਨੂੰ ਕਿਸੇ ਵੀ ਟੰਗ ਨਾਲ ਗਲਤ ਟੰਗ ਨਾਲ ਹਨਾ ਨਿਹਾਰ ਦਾ ਜਾਂ ਵੇਖਦਾ ਜਾਂ ਉਹ ਚੀਜ਼ ਜਿਹੜੀ ਉਹਨੂੰ ਆਪਦੇ ਵੱਲ ਆਉਂਦੀ ਚੰਗੀ ਨਹੀਂ ਲੱਗਦੀ ਤਾਂ ਮਤਲਬ ਉਹਦੇ ਬਾਰੇ ਉਹ ਰਿਐਕਟ ਕਰਦੀ ਆ ਤੇ ਦੱਸਦੀ ਵੀ ਕਿਨੂੰ ਆਪਣੇ ਘਰ ਵਾਲੇ ਨੂੰ ਤੇ ਸਾਰੇ ਪਰਿਵਾਰ ਨੂੰ ਹਨਾ ਤੇ ਉਹ ਉਮਰਦ ਰਾਜਮੰਦਾ ਸਮਝ ਕੇ ਹੀ ਭਰੋਸਾ ਨਹੀਂ ਕਰਦੇ ਤੇ ਉਹਨੂੰ ਇੱਕ ਜਗ੍ਹਾ ਤੇ ਇਹਨਾਂ ਨੇ ਉਹਦੇ ਮੂੰਹ ਕਹਾਇਆ ਹੋਇਆ ਕੁੜੀ ਦੇ ਅੰਬਾ ਦੇ ਮੂੰਹ ਕਿ ਘਰ ਚ ਸਾਰੇ ਮੇਰੇ ਨਾਲ ਚੁੱਪ ਹੋ ਗਏ ਸੀ ਜਦ ਕਿ ਹੁਣਾ ਉਹਨਾਂ ਨੂੰ ਉਹਦੇ ਨਾਲ ਚਾਹੀਦਾ ਸੀ ਨਲੰਬਰ ਨਾਲ ਹਨਾ ਜਿਹੜਾ ਦਰਜੀ ਸੀਗਾ ਤੇ ਇਹ ਵੀ ਬਹੁਤ ਮਤਲਬ ਇਹੀ ਆ ਰਵਿੰਦਰੇ ਦੇ ਚ ਮੈਨੂੰ ਲੱਗਦਾ ਹੁੰਦਾ ਵੀ ਇਹਦੇ ਚ ਦੋ ਪਾਤਰ ਨੇ ਹਨਾ ਇੱਕ ਤਾਂ ਨਲੰਬਰ ਆ ਜਿਹੜਾ ਦਰਜੀ ਹੁੰਦਾ ਇੱਕ ਤੋਂ ਬਾਅਦ ਇੱਕ ਹੋਰ ਆਉਂਦਾ ਹਨਾ ਜਿਹੜਾ ਉਹ ਘਰੇ ਪਾਠ ਪੂਜਾ ਕਰਾਉਂਦਾ ਉਹਨੇ ਇੱਕ ਧਾਰਮਿਕ ਕੈਰੈਕਟਰ ਲਿਆ ਉਹਨਾਂ ਨੇ ਧਾਰਮਿਕ ਪਾਤਰ ਲਿਆ ਮੈਨੂੰ ਲੱਗਦਾ ਹੁੰਦਾ ਕਿ ਬੰਦਾ ਸਭ ਤੋਂ ਪਹਿਲਾ ਇਨਸਾਨ ਚੰਗਾ ਜਾਂ ਮਾੜਾ ਹੀ ਹੁੰਦਾ ਉਹ ਤੋਂ ਬਾਅਦ ਕੀ ਬਣਦਾ ਉਹ ਬਲੱਗ ਦੀ ਗੱਲ ਆ ਵੀ ਉਹ ਕਿਹੜੇ ਪਹਿਰਾਵੇ ਚਾਹੁੰਦਾ ਕਿਹੜਾ ਧਰਮ ਬਣਾ ਰਿਹਾ ਹੈ ਹਨਾ ਕਿਹੜੇ ਅਹੁਦੇ ਤੇ ਬੈਠਾ ਉਸ ਸਭ ਬਾਤਾਂ ਗੱਲਾਂ ਨੇ ਸਭ ਤੋਂ ਪਹਿਲਾਂ ਨੰਬਰ ਤੇ ਇਹ ਆਪਾਂ ਜੇ ਬੰਦੇ ਨੂੰ ਦੇਖਣਾ ਤਾਂ ਉਹਦੇ ਇਹੀ ਪੱਖ ਸਾਹਮਣੇ ਮਿਲੋ ਇਹੀ ਪੱਖ ਹੁੰਦਾ ਜਾਂ ਤਾਂ ਉਹ ਚੰਗਾ ਹੁੰਦਾ ਜਾਂ ਉਹ ਮਾੜਾ ਹੁੰਦਾ ਮਾੜਾ ਹਰ ਇੱਕ ਜਗ੍ਹਾ ਤੇ ਮਾੜਾ ਹੁੰਦਾ ਚੰਗਾ ਹਰ ਇੱਕ ਜਗ੍ਹਾ ਤੇ ਚੰਗਾ ਹੀ ਹੁੰਦਾ ਚਾਹੇ ਉਹ ਕਿਵੇਂ ਹੀ ਹੋਵੇ ਹੈਨਾ ਤਾਂ ਇਹਦੇ 'ਚ ਉਹੀ ਆ ਵੀ ਇਹ ਸਮੱਸਿਆ ਮੇ ਆਪਣੇ ਘਰਾਂ 'ਚ ਵੀ ਹੈਗੀਆਂ ਰਵਿੰਦਰ ਆਹ ਲੋ ਆਪਾਂ ਨੂੰ ਬੱਚੇ ਹੁੰਦੇ ਨੇ ਆਪਣੇ ਨਾ ਹੁਣ ਤਾਂ ਥੋੜਾ ਜਿਆਦਾ ਇੰਨਾ ਹੋ ਗਿਆ ਵੀ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਗੱਲ ਹੁੰਦੀ ਹੈ ਮੀਡੀਆ 'ਚ ਵੀ ਗੱਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਵੀ ਹੁੰਦੀ ਆ ਬੱਚਿਆਂ ਨਾਲ ਵੀ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਪਰ ਉਹ ਬਜ਼ੁਰਗ ਬਹੁਤ ਗਲਤ ਹਰਕਤਾਂ ਕਰ ਰਹੇ ਹੁੰਦੇ ਬੱਚਿਆਂ ਦੇ ਨਾਲ ਤਾਂ ਬੱਚੇ ਘਰੇ ਇੱਕ ਦੱਸ ਦੇ ਆਪ ਉਹਨੂੰ ਤੇ ਯਕੀਨ ਹੀ ਨਹੀਂ ਕਰਦੇਗੇ ਉਹਨਾਂ ਨੂੰ ਲੱਗਦਾ ਤੁਹਾਨੂੰ ਭੁਲੇਖਾ ਪੈ ਗਿਆ ਹੁਣ ਜਾਂ ਕੁਝ ਹੋਰ ਹੋ ਗਿਆ ਹੁਣ ਜਾਂ ਹੋਰ ਕਈ ਫੀਲਡ ਨੇ ਇਹੋ ਜੀ ਤਾਂ ਉਹੀ ਸਾਰਾ ਕੁਝ ਇਸ ਕਹਾਣੀ ਦੇ ਅੰਬਾ ਨਾਲ ਹੁੰਦਾ ਅੰਬਾ ਤੇ ਕੋਈ ਯਕੀਨ ਨਹੀਂ ਕਰਦਾ ਕਿਉਂਕਿ ਜਿਹੜਾ ਉਹ ਦਰਪੀ ਹੁੰਦਾ ਉਹ ਬਜ਼ੁਰਗ ਹੁੰਦਾ ਮੈਨੂੰ ਤਾਂ ਇਹੋ ਜੇ ਮਾਨਸਿਕ ਰੋਗੀ ਤਾਂ ਆਪਣੇ ਬਹੁਤ ਨੇ ਵਾਲੇ ਦੁਆਲੇ ਆਪਾਂ ਹਰ ਚੀਜ਼ ਨੂੰ ਬੋਲ ਕੇ ਨਹੀਂ ਦੱਸਿਆ ਜਾਂਦਾ ਆਪਾਂ ਰੋਜ਼ਾਨਾ ਦੀ ਜ਼ਿੰਦਗੀ 'ਚ ਇੰਨਾ ਕੁਝ ਕਈ ਵਾਰੀ ਮਤਲਬ ਲੰਘ ਕਰਕੇ ਦੇਖ ਕੇ ਆਪਦੇ ਘਰ ਤੱਕ ਪਹੁੰਚਦੇ ਆ ਕਿ ਉਹ ਸਾਰੀਆਂ ਗੱਲਾਂ ਜਾ ਕੇ ਦੱਸਣੀਆਂ ਮਤਲਬ ਕਈ ਵਾਰੀ ਆਉਂਦਾ ਵੀ ਦੱਸਣ ਨੂੰ ਜੀ ਕਰਦਾ ਹੁੰਦਾ ਪਰ ਦੱਸੀਆਂ ਨਹੀਂ ਜਾ ਸਕਦੀ ਕਿਨਾਰ ਰਪਿੰਦਰ ਦਾ ਹੋਰ ਵੀ ਕਾਰਨ ਹੈਗਾ ਵੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਨਾ ਆਪਾਂ ਇੱਕ ਲਕੀਰ ਖਿੱਚ ਦਿੰਦੇ ਆ ਕਿ ਜਦੋਂ ਬੰਦਾ 50 ਸਾਲ ਦਾ ਜਾਂ 45 ਸਾਲ ਦਾ ਜਾਂ 60 ਪੰਜਾ 45 ਤੋਂ ਉੱਪਰ ਹੋ ਗਿਆ ਔਰਤ ਚਾਹੇ ਮਰਦਾ ਉਹਨਾਂ ਲੱਗਨ ਕਿ ਉਹਨਾਂ ਦੀ ਸਰੀਰਕ ਜ਼ਰੂਰਤਾਂ ਹੁੰਦੀਆਂ ਨੇ ਵੀ ਹੁਣ ਖਤਮ ਆ ਵੀ ਹੁਣ ਤਾਂ ਵਸੇ ਆਪਣੇ ਕੀ ਕਰਦੇ ਨੇ ਆਪਣੇ ਦਾ ਕਲਚਰ ਵੀ 40 45 ਤੋਂ ਬਾਅਦ ਆਪਾਂ ਲੋਕ ਧਾਰਮਿਕ ਬਿਰਤੀ ਦੇ ਬਣ ਲੱਗੇ ਪੈਣੇ ਨਾ ਕੋਈ ਗੁਰਦਾਰ ਸਾਹਿਬ ਜਾਣ ਲੱਗੇ ਪੈਂਦਾ ਕੋਈ ਮੰਦਿਰ ਜਾਣ ਲੱਗੇ ਪੈਂਦਾ ਜਿਵੇਂ ਜਿਵੇਂ ਜਿੱਥੇ ਜਿੱਥੇ ਜਿਸ ਦੀ ਸ਼ਰਦਾ ਹੁੰਦੀ ਹੈ ਸਾਡੇ ਘਰਾਂ ਦੇ ਵਿੱਚ ਨਾ ਇਹ ਜੀ ਆਮ ਤੌਰ ਤੇ ਇਹ ਮੰਨ ਲਿਆ ਜਾਂਦਾ ਕਿ ਇਹਦੀ ਉਮਰ 45 45 ਸ ਆਪਣੀ ਕੋਈ ਜ਼ਰੂਰਤ ਨਹੀਂ ਹੈਗੀ ਹਨਾ ਤਾਂ ਫਿਰ ਉਹ ਬੰਦਾ ਕੀ ਕਰਦਾ ਕਿ ਇਹਦੇ ਨਾਲ ਦੀ ਕਹਾਣੀ ਨੇ ਕਿ ਗੁਰਦੇਵ ਸਿੰਘ ਰਪਾਣਾ ਦੀ ਕਹਾਣੀ ਵੀ ਹੈਗੀ ਰੋਟੀ ਤਾਂ ਫਿਰ ਬੰਦਾ ਆਪਣੀ ਉਹਨਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਗਲਤ ਤਰੀਕੇ ਦੇ ਮੈਨੂੰ ਗਲਤ ਹੱਥ ਘੰਡੇ ਬਣਾਉਣ ਲੱਗ ਪੈਂਦਾ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਉਸ ਚੀਜ਼ ਨੂੰ ਉਸ ਉਮਰ ਨੂੰ ਉਸ ਸਿਚੁਏਸ਼ਨ ਨੂੰ ਸਮਝਣ ਦੀ ਵੀ ਜ਼ਰੂਰਤ ਹੁੰਦੀ ਹੈ ਨਾ ਤਾਂ ਕਿ ਉਹ ਬੰਦਾ ਆਪਣੀ ਉਹਨਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਕੋਈ ਗਲਤ ਤਰੀਕੇ ਨਾ ਵਰਤੇ ਤੇ ਇੱਕ ਕਹਾਣੀ ਜਿਵੇਂ ਤੁਸੀਂ ਨੇ ਆਹ ਸੋਹਣੀ ਦੱਸੀ ਸੀਗੀ ਨਾ ਕੰਨ ਤੇ ਚੁੱਗੀ ਚ ਮੇਰੀ ਇਸ ਕਹਾਣੀ ਤੋਂ ਜਿਸ ਮੈਨੂੰ ਸਭ ਤੋਂ ਪਸੰਦੀ ਦੀ ਕਹਾਣੀ ਹੈ ਜ ਤੇ ਉਹ ਆਪਣੇ ਦਾ ਵੈਸੇ ਹੀ ਕਹਿ ਦਿੰਦੇ ਹੁੰਦੇ ਨੇ ਵੀ ਰਾਣੀਆਂ ਨਾਲੋਂ ਜ਼ਿਆਦਾ ਗੋਲੀਆਂ ਸੁਖੀ ਹੁੰਦੀਆਂ ਨੇ ਹਨਾ ਵੀ ਰਾਣੀਆਂ ਦੇ ਆਪਣੇ ਜਿਹੜੇ ਮੁੱਦੇ ਨੇ ਜਿਵੇਂ ਇੱਕ ਕਹਾਣੀ ਵੀ ਰਾਣੀ ਦੀ ਕਹਾਣੀ ਆ ਵੀ ਕਿਵੇਂ ਬਹੁਤ ਜ਼ਿਆਦਾ ਰਾਣੀਆਂ ਹੋਣ ਤੋਂ ਬਾਅਦ ਵੀ ਮਤਲਬ ਉਸ ਰਾਜੇ ਦੇ ਵੀ ਉਹਨੂੰ ਕਿਹਦੇ ਨਾਲ ਈਰਖਾ ਹੁੰਦੀ ਆ ਇੱਕ ਨੱਚਣ ਵਾਲੀ ਨਾਲ ਹਨਾ ਤੇ ਉਹ ਜਦੋਂ ਜਿਵੇਂ ਜਿਵੇਂ ਉਹ ਰਾਜਾ ਉਹਦੇ 'ਚ ਦਿਲਚਸਪੀ ਲੈਂਦਾ ਨੱਚਣ ਵਾਲੀ 'ਚ ਉਹ ਕਿਵੇਂ ਮਤਲਬ ਉਹ ਉਹਦੀ ਜਿਹੜੀ ਤੇ ਲਈਆ ਇੱਕ ਗੋਲੀ ਹੈ ਨਾ ਹਰਸ਼ਾ ਉਹ ਕਿਵੇਂ ਉਹਦੇ ਹਾਪਾ ਪਾੜਦੀ ਆ ਤੇ ਉਹ ਸਮਝਦੀ ਆ ਵੀ ਇਹਨੂੰ ਈਰਖਾ ਹੋ ਰਹੀ ਆ ਵੀ ਇਹਦਾ ਘਰ ਵਾਲਾ ਇੱਕ ਨੱਚਣ ਵਾਲੀ ਤੇ ਇੰਨਾ ਜਿਆਦਾ ਖਤਮ ਹੋਇਦ ਹੁੰਦਾ ਪਿਆ ਹੈ ਨਾ ਤੇ ਉਹ ਚੀਜ਼ ਵੀ ਮੈਨੂੰ ਮੈਨੂੰ ਇਸ ਕਹਾਣੀ ਦਾ ਅਖੀਰ ਬਹੁਤ ਜਿਆਦਾ ਚੰਗਾ ਲੱਗਿਆ ਮੈਨੂੰ ਤਾਂ ਲੱਗਿਆ ਵੀ ਕਈ ਚੀਜ਼ਾਂ ਨਾ ਥੋੜੀ ਚੁੱਪ ਨਾਲ ਨਹੀਂ ਥੋੜੀ ਜੁਰਤ ਨਾਲ ਹਾਸਲ ਹੁੰਦੀਆਂ ਨੇ ਹੈ ਨਾ ਤੇ ਆਪਾਂ ਕਈ ਵਾਰੀ ਆਪਣੀ ਥਾਂ ਬੜੀ ਆਸਾਨੀ ਨਾਲ ਛੱਡ ਦਿੰਨੇ ਆ ਅਸੀਂ ਕਹਿੰਦੇ ਕਿ ਨਹੀਂ ਮੇਰੀ ਕਿਸਮਤ ਆ ਇਹ ਤਾਂ ਹੁੰਦਾ ਹੀ ਆ ਜਿਵੇਂ ਆਮੀ ਲੋਕ ਕਹਿ ਦਿੰਦੇ ਹੁੰਦੇ ਸੀ ਵੀ ਰਾਜੇ ਤਾਂ ਵਿਆਹ ਕਰਾਉਂਦੇ ਹੀ ਹੁੰਦੇ ਨੇ ਤੇ ਤੁਸੀਂ ਇੱਕ ਬੜੀ ਸੋਹਣੀ ਗੱਲ ਕਹੀ ਸੀ ਕਿ ਕਈ ਜਗ੍ਹਾ ਤੇ ਲੋਕ ਕਹਿ ਦਿੰਦੇ ਨੇ ਵੀ ਉਹਦਾ ਤਰਵਾਜ ਸੀ ਦੋ ਤਿੰਨ ਵਿਆਹਾਂ ਦਾ ਹਨਾ ਪਿਛਲੇ ਐਪੀਸੋਡ ਪਰ ਉਹ ਜੀਜੀ ਨਾਲ ਹੋਇਆ ਮਤਲਬ ਉਸ ਤੋਂ ਬਾਅਦ ਦੂਜੇ ਬੰਦੇ ਨਾਲ ਹੋ ਰਿਹਾ ਨਾ ਵੀ ਪਹਿਲੇ ਨੂੰ ਕੀ ਮਹਿਸੂਸ ਹੁੰਦਾ ਸੀ ਕਦੇ ਨਹੀਂ ਜਾ ਕੇ ਪੁੱਛਦੇ ਉਹਨੂੰ ਤੇ ਹੁਣੇ ਜੇ ਨਾ ਇੱਕ ਮੈਂ ਦੇਖ ਰਹੀ ਸੀ ਕਿ ਇੱਕ ਵੈਬ ਸੀਰੀ ਚੱਲਦੀ ਪਈ ਆ ਉਹਦੇ ਚ ਉਹਦੇ ਇੱਕ ਐਪੀਸੋਡ ਚ ਇਦਾਂ ਦੀ ਉਹ ਚੀਜ਼ ਦਿਖਾਈ ਗਈ ਕਿ ਕੁਮ ਮੁਸਲਿਮ ਪਰਿਵਾਰ ਦੇ ਵਿੱਚ ਬੰਦਾ ਦੁਆਰਾ ਵਿਆਹ ਕਰਾਉਂਦਾ ਹੈ ਨਾ ਤੇ ਉਹ ਚ ਉਹਦੀ ਸੱਸ ਕੁੜੀ ਦੇ ਉਹਨੂੰ ਕਹਿੰਦੀ ਹੈ ਵੀ ਇਹ ਤਾਂ ਹੁੰਦਾ ਹੀ ਆਇਆ ਉਹ ਕਹਿੰਦੀ ਹੁੰਦਾ ਨਹੀਂ ਆਇਆ ਇਹ ਬਦਲਣਾ ਪਊਗਾ ਹੈ ਨਾ ਵੀ ਮੈਂ ਕੀ ਮਹਿਸੂਸ ਕਰਦੀ ਹਾਂ ਮੈਨੂੰ ਕੋਈ ਪੁੱਛੇਗਾ ਤਾਂ ਉਹਨੂੰ ਵਾਕਈ ਲੱਗੂ ਇਹ ਚੀਜ਼ ਬਦਲਣੀ ਪਊਗੀ ਤਾਂ ਉਹ ਜਦੋਂ ਮਤਲਬ ਰਾਜਾ ਜਿਹੜਾ ਚਮੇਲੀ ਦਾ ਫੁੱਲ ਹਮੇਸ਼ਾ ਉਹਦੇ ਲਈ ਲੈ ਕੇ ਆਉਂਦਾ ਉਹਦੇ ਹਰਮ ਚ ਹਮੇਸ਼ਾ ਚਮੇਲੀ ਦੇ ਫੁੱਲ ਹੁੰਦੇ ਆ ਜਦੋਂ ਉਹਦੇ ਲੱਗਿਆ ਦੇਖਦੀ ਆ ਮੈਨੂੰ ਲੱਗਾ ਫਿਰ ਉਹ ਡਿਸੀਜਨ ਲੈਂਦੀ ਆ ਕਿ ਹੁਣ ਮੈਨੂੰ ਆਪਣੀ ਜਗ੍ਹਾ ਆਪ ਲੈਣੀ ਪੈਣੀ ਆ ਨਾ ਜਾਂ ਮੈਨੂੰ ਆਪ ਦੱਸਣਾ ਪੈਣਾ ਕਿ ਮਹਿਰਾਣੀ ਆ ਇਹਦੇ ਜਿਹੜਾ ਜਿਹਵੇਂ ਮੈਂ ਪੜੀ ਕਹਾਣੀ ਤੇ ਮੈਨੂੰ ਲੱਗਿਆ ਮੈਨਾਂ ਇਸ ਕਤਾਬ ਦੇ ਵਿੱਚ ਮੈਨੂੰ ਇਹ ਕਹਾਣੀ ਸਭ ਤੋਂ ਪਿਆਰੀ ਲੱਗਦੀ ਆ ਹੂੰ ਪਹਿਲਾਂ ਉਹ ਨਰਤਕੀ ਨੱਚ ਰਹੀ ਹੁੰਦੀ ਆ ਨਾ ਤਾਂ ਪਤਾ ਤਾਂ ਹੁੰਦਾ ਹੀ ਆ ਆਪਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਵੀ ਕੌਣ ਕੀ ਹੋਣੀ ਹਰਕਤਾਂ ਕਰਦਾ ਨਾ ਜਿਵੇਂ ਜਿਸ ਹਿਸਾਬ ਤੇ ਜਦੋਂ ਰਾਜਾ ਉਸ ਨਰਤਕੀ ਨੂੰ ਜਿਹੜੀ ਨਜ਼ਰੀ ਨਾਲ ਦੇਖ ਰਿਹਾ ਹੁੰਦਾ ਤਾਂ ਰਾਣੀ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਹੁਣੇ ਕੱਲ ਨੂੰ ਕਿਤੇ ਨਾ ਕਿਤੇ ਵੀ ਨਰਤਕੇ ਨਹੀਂ ਰਹਿਣੀ ਇਹ ਅੱਗੇ ਆਊਗੀ ਹੈਨਾ ਤਾਂ ਉਹ ਜਾਣਦੀ ਉਸ ਤੋਂ ਬਾਅਦ ਚਲੋ ਜੋ ਕੁਝ ਪਹਿਲਾਂ ਦਿਨ ਵਾਪਰਦਾ ਰਾਣੀ ਚਲੀ ਜਾਂਦੀ ਔਰ ਰਾਣੀ ਦੇ ਮਹਿਲ ਦੇ ਵਿੱਚ ਰਾਣੀ ਦੇ ਉਹ ਵਿਸ਼ੇ ਹੁੰਦੇ ਚ ਮੇਲੇ ਦੇ ਫੁੱਲ ਉਹ ਨੌਕਰੀ ਨੂੰ ਕਹਿ ਕੇ ਚਕਵਾ ਨੌਕਰ ਨੂੰ ਕਹਿ ਕੇ ਚਕਵਾ ਦਿੰਦੀ ਜਿਹੜੀ ਨੌਕਰਾਨੀ ਹੁੰਦੀ ਆ ਵੀ ਚੱਕ ਦੇ ਅੱਜ ਰਾਜਾ ਨਹੀਂ ਆਊਗਾ ਤਾਂ ਮਤਲਬ ਕਿਤੇ ਨਾ ਕਿਤੇ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਅੱਜ ਰਾਜਾ ਮੇਰੇ ਕੋਲੇ ਨਹੀਂ ਆਊਗਾ ਤੇ ਰਾਜਾ ਉਹਦੇ ਕੋਲ ਗਿਆ ਵੀ ਨਹੀਂ ਹੈਗਾ ਹੈਨਾ ਤੇ ਉਸ ਤੋਂ ਬਾਅਦ ਮੈਂ 2-3 ਦਿਨ ਲਗਾਤਾਰ ਇਹ ਕਹਾਣੀ ਇਦਾਂ ਚੱਲਦੀ ਆ ਤਾਂ ਦੂਜੇ ਦਿਨ ਫੇਰ ਜੋ ਕੁਝ ਹੁੰਦਾ ਤਾਂ ਉਹੀ ਕੁਝ ਗੱਲ ਹੁੰਦੀ ਉਹ ਸੈਰ ਕਰਨ ਲਈ ਨਿਕਲਦੀ ਆ ਜਿਹੜੇ ਨਰਤਕੀ ਆ ਉਹ ਮਹਿਲ ਚਾਈ ਬੈਠੀ ਹੁੰਦੀ ਹੈ ਉਹਦੀ ਨੌਕਰ ਨੇ ਦੱਸਦੀ ਹੈ ਕਿ ਨਰਤਕੀ ਅੱਜ ਮਹਿਲ ਚ ਆ ਗਈ ਮਤਲਬ ਕਿ ਰਾਜੇ ਨੇ ਉਹਨੂੰ ਆਪਣੀ ਰਾਣੀ ਬਜੂ ਬਣਾ ਲਿਆ ਤੇ ਉਹ ਜਦੋਂ ਉਹ ਇੱਕ ਇਹਦੀ ਇਹ ਵੀ ਗੱਲ ਹੁੰਦੀ ਹੈ ਕਿ ਜਦੋਂ ਉਹ ਆਉਂਦਾ ਰਾਜਾ ਨਹੀਂ ਆਉਂਦਾ ਕਹਿੰਨਾ ਤੇ ਉਹ ਨੌਕਰ ਨੇ ਇਹਨੂੰ ਕਹਿੰਦੀ ਰਾਣੀ ਵੀ ਕੋਈ ਨਹੀਂ ਰਾਜਾ ਪਹਿਲਾਂ ਵੀ ਚਲਾ ਜਾਂਦਾ ਹੁੰਦਾ ਪਰ ਆ ਜਾਂਦਾ ਹੁੰਦਾ ਹਣਾ ਇਹਨੂੰ ਇੱਥੇ ਦੇਖੋ ਵੀ ਉਹ ਵੀ ਮਦਰਲੇ ਜਿਹੜੀ ਤੁਸੀਂ ਗੱਲ ਕੀਤੀ ਹੋਈ ਹੈ ਨਾ ਕਿ ਇੱਕ ਔਰ ਕਿ ਉਹਦਾ ਮਰਦਾ ਜੀ ਕਿਸੇ ਹੋਰ ਔਰਤ ਕੋਲੇ ਗਿਆ ਪਰ ਉਹ ਫਿਰ ਵੀ ਸਹਿ ਰਹੀ ਹੈ ਉਹਨੂੰ ਨਾ ਉਹ ਕੋਈ ਚਾਨਨ ਉਹ ਤਾਂ ਫੈ ਨਹੀਂ ਰਹੇਗੀ ਪਰ ਇਹਨਾਂ ਕੋਲ ਉਹਦੇ ਕੋਲ ਹੋਰ ਰਸਤਾ ਹੈ ਨਹੀਂ ਕੋਈ ਤਾਂ ਫਿਰ ਉਹ ਤੋਂ ਬਾਅਦ ਕੀ ਹੁੰਦਾ ਜਦੋਂ ਇੱਕ ਇਹਦੇ ਚ ਗਾਂਝਾ ਕੇ ਇੱਕ ਹੋਰ ਬਦਲਾਵ ਆਉਂਦਾ ਜਿਹੜੀ ਨਰਤਕੀ ਨੱਚ ਰਹੀ ਹੁੰਦੀ ਹੈ ਜਦੋਂ ਉਹ ਰਾਜੇ ਦੇ ਮਹਿਲ ਚ ਜਾ ਵੜਦੀ ਤੇ ਦੂਜੇ ਦਿਨ ਉਹ ਰਾਣੀ ਦੀ ਅੱਖਾਂ ਚ ਅੱਖਾਂ ਵਾ ਕੇ ਦੇਖਦੀ ਹੈ ਮਤਲਬ ਕਿ ਉਹ ਸਮਝਣ ਲੱਗ ਪੈਂਦੀ ਹੈ ਕਿ ਵੀ ਹੁਣ ਮੈਂ ਵੀ ਤੇਰੀ ਬਰਾਬਰ ਦੀ ਬਣ ਗਈ ਹੈ ਨਾ ਤਾਂ ਉੱਥੇ ਰਾਣੀ ਨੂੰ ਲੱਗਦਾ ਫੀਲ ਤਾਂ ਮਹਿਸੂਸ ਹੁੰਦਾ ਹੈ ਚੀਜ਼ ਇਹ ਨਾ ਕਿ ਹੁਣ ਮੈਂ ਲੋ ਜਿੱਥੇ ਉਹਨਾਂ ਦੋਵਾਂ ਦੇ ਵਿੱਚ ਟਕਰਾ ਪੈਦਾ ਉਹ ਸ ਪਰ ਅੱਖਾਂ ਅੱਖਰੇ ਦੋਵਾਂ ਦਾ ਟਕਰਾਅ ਹੋ ਜਾਂਦਾ ਜਦੋਂ ਰਾਣੀ ਦੀਆਂ ਅੱਖਾਂ ਚੱਖਾ ਬਲਾ ਕੇ ਦੇਖਦੀ ਹੈ ਰਾਣੀ ਨੂੰ ਇਹ ਲੱਗਦਾ ਕਿ ਮੇਰੀ ਜਗ੍ਹਾ ਇਹਨੇ ਲੈ ਲਈ ਤੇ ਨਰਤਕੀ ਨੂੰ ਲੱਗਦਾ ਕਿ ਮੇਰਾ ਰਾਣੀ ਦੀ ਜਗ੍ਹਾ ਲੈ ਲਈ ਤਾਂ ਫਿਰ ਉਸ ਦਿਨ ਤੀਜਾ ਦਿਨ ਆਉਂਦਾ ਇੱਕ ਹੋਰ ਹੈ ਨਾ ਤੇ ਮੈਨੂੰ ਬੜੀ ਥੋੜੀ ਗੱਲ ਲੱਗਦੀ ਹੈ ਉਹਨੇ ਵਿਰੋਧ ਕਿਵੇਂ ਜਤਾਇਆ ਜਾਂ ਉਹਨੇ ਆਪਦੇ ਹੋਂਦ ਕਿਵੇਂ ਦੱਸੀ ਹੈ ਨਾ ਤਾਂ ਉਦਾਸ ਹੁੰਦੀ ਫਿਰ ਉਹ ਜਾਂਦੀ ਆ ਤੀਜੇ ਦਿਨ ਫਿਰ ਉੱਥੇ ਨਰਤਕੀ ਫਿਰ ਨੱਚ ਰਹੀ ਹੁੰਦੀ ਆ ਤਾਂ ਜਿੰਨੇ ਹੋਰ ਰਾਣੀਆਂ ਹੁੰਦੀਆਂ ਨੇ ਉਹ ਸਾਰਿਆਂ ਦੇ ਚਮੇਲੀ ਦੇ ਫੁੱਲ ਲਾ ਕੇ ਲੈ ਜਾਂਦੀ ਆ ਉੱਥੋਂ ਜਿਹੜੀ ਤਾਂ ਫਿਰ ਜਿਹੜੀ ਉਹ ਨਰਤਕੀ ਜਿਹੜੀ ਆ ਔਰ ਹਕਾਰ ਚ ਬੈਠੀ ਹੁੰਦੀ ਵੀ ਮੈਂ ਰਾਣੀ ਬਣ ਗਈ ਉਥੇ ਉਹਨੂੰ ਵੀ ਅਹਿਸਾਸ ਹੁੰਦਾ ਵੀ ਇਸ ਤੋਂ ਪਹਿਲਾਂ ਚਮੇਲੀ ਦੇ ਫੁੱਲ ਜਿਹੜੇ ਮੇਰੇ ਲਾਏ ਰਾਜੇ ਨੇ ਬਹੁਤਿਆਂ ਦੇ ਲਾ ਹਟਿਆ ਹੈ ਨਾ ਤਾਂ ਰਾਣੀ ਉਹਨੂੰ ਦੱਸਣਾ ਚਾਹੁੰਦੀ ਹੁੰਦੀ ਹੈ ਵੀ ਜਿਹੜੀ ਚੀਜ਼ ਤੇ ਤੂੰ ਅੱਜ ਮਾਣ ਮਹਿਸੂਸ ਕਰ ਰਹੀ ਹੈ ਵੀ ਇਹ ਦਿਨ ਸਾਰਿਆਂ ਤੇ ਆਇਆ ਤਾਂ ਉਹਨੇ ਆਪਣਾ ਵਿਰੋਧ ਦਰਸਾਇਆ ਇੱਕ ਤਾਂ ਚਮੇਲੀ ਦੇ ਰਾਹੀਂ ਤੇ ਇੱਕ ਉਹ ਨਹੀਂ ਜਿਵੇਂ ਕਹ ਜੀ ਨਰਤਕੀ ਨੂੰ ਇਹ ਦੱਸਿਆ ਮਤਲਬ ਵੀ ਇੱਥੇ ਜਿਹੜੇ ਤੂੰ ਸੋਚਦੀ ਹੈ ਵੀ ਅੱਜ ਤੂੰ ਰਾਣੀ ਬਣ ਗਈ ਹੈ ਤੇ ਤੂੰ ਮਹਿਸੂਸ ਕਰ ਰਹੀ ਹੈ ਕਿੱਦ ਕਲ ਨੂੰ ਇਹ ਫੋਲੇ ਰਾਜਾ ਨੇ ਕਿਸੇ ਹੋਰ ਦੇ ਵੀ ਲਾ ਦੇਣਾ ਹੂੰ ਤਾਂ ਜਿਵੇਂ ਜਿੱ ਇੱਕ ਚੀਜ਼ ਹੋਰ ਵੀ ਆਪਾਂ ਲੱਭ ਸਕਦੇ ਹਾਂ ਕਿ ਪਾਠਕੇ ਚ ਕੁਝ ਵੀ ਲੱਭ ਸਕਦਾ ਹੋ ਸਕਦਾ ਜਿਹੜੇ ਇਹਨੂੰ ਆਪਣੇ ਤੋਂ ਬਾਅਦ ਪੜਨਗੇ ਉਹਨਾਂ ਨੂੰ ਕੁਝ ਹੋਰ ਲੱਭੇ ਫਿਰ ਇਹ ਚ ਦੱਸਿਆ ਗਿਆ ਕਿ ਬਾਕੀ ਰਾਣੀਆਂ ਦਾ ਝੁੰਡਾ ਜਿਹੜਾ ਇੱਕ ਜਗ੍ਹਾ ਤੇ ਬੈਠਾ ਤੇ ਉਹ ਰਾਣੀ ਰਾਜੇ ਦੇ ਬਰਾਬਰ ਬੈਠੀ ਆ ਹਾਂ ਉਹ ਜਤੌਣਾ ਚਾਹੁੰਦੀ ਆ ਉਹ ਦੱਸ ਰਹੀ ਆ ਉਹਨੂੰ ਅਸਿੱਧੇ ਤੌਰ ਤੇ ਕਿ ਜੇ ਤੂੰ ਆਉਂਦੀ ਵੀ ਆ ਤਾਂ ਤੂੰ ਇਸ ਝੁੰਡ ਵਿੱਚ ਸ਼ਾਮਿਲ ਹੋ ਜਾਵੇਂਗੀ ਹੈਨਾ ਮਤਲਬ ਇਹਦੇ ਬਰਾਬਰ ਸਿਰਫ ਮੇਰਾ ਹੀ ਅਹੁਦਾ ਹੈ ਇਹ ਵੀ ਹੋ ਸਕਦਾ ਹੋਣਾ ਜਿਵੇਂ ਇਹਦੀ ਚੱਲ ਲਿਖਿਆ ਹੋਇਆ ਹੈ ਨਾ ਰਾਣੀ ਨੂੰ ਨਰਤਕੀ ਦਾ ਅੱਖ ਚੱਖ ਬੱਕੇ ਦੇਖਣਾ ਨਹੀਂ ਪਾਇਆ ਹੂੰ ਪੰਗਾ ਉੱਥੇ ਪੈਂਦਾ ਜਦੋਂ ਹੁਣ ਨਰਤਕੀ ਨੂੰ ਮਾਣ ਹੋ ਜਾਂਦਾ ਵੀ ਰਾਜੇ ਨੇ ਮੈਨੂੰ ਰਾਣੀ ਬਣਾ ਲਿਆ ਤੇ ਉਹਨੂੰ ਈਰਖਾ ਹੋ ਜਾਂਦੀ ਹੈ ਈਰਖਾ ਵੀ ਨਹੀਂ ਕਹਿ ਸਕਦੇ ਆਪਾਂ ਦੁੱਖ ਵੀ ਹੁੰਦਾ ਹੈਨਾ ਬਿਲਕੁਲ ਤੇ ਪਰ ਉਹ ਸਮਾਂ ਹੀ ਹੋ ਜਾ ਸੀਗਾ ਵੀ ਉਦੋਂ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਕਿ ਇੱਕ ਰਾਜਾ ਤਾਂ ਵਿਆਹ ਕਰਵਾ ਰਿਹਾ ਕਿਸੇ ਦੇ 50 ਵਿਆਹ ਤੇ 60 ਵਿਆਹ ਨੇ ਹੈਨਾ ਯੋਨਾ ਔਰਤਾਂ ਦੀ ਉਹਨਾਂ ਦੀ ਮਾਨਸਿਕਤਾ ਕਿਹੋ ਜਿਹੀ ਬਣ ਰਹੀ ਹੈ ਕਿ ਕੀ ਕੀ ਕਿਹੋ ਜਿਹੀ ਪੀੜਾਂ ਵਿੱਚ ਲੰਘ ਰਹੀਆਂ ਨੇ ਸਹੀ ਗੱਲ ਹੈ ਤਾਂ ਮੈਨੂੰ ਇਹੀ ਲੱਗਿਆ ਕਿ ਵੀ ਉਹਨੇ ਜੇ ਸਾਰੀ ਕਹਾਣੀ ਦਾ ਤੱਤ ਸਾਰਾ ਗੱਢੀਏ ਵੀ ਜਿਹੜੀ ਉਹ ਰਾਣੀ ਹੁੰਦੀ ਉਹ ਅਸਲ 'ਚ ਉਹ ਪਟਰਾਣੀ ਹੁੰਦੀ ਹੈ ਨਾ ਜਿਹੜੀ ਰਾਣੀਆਂ ਦੀ ਮੁੱਖ ਹੁੰਦੀ ਉਹਨੂੰ ਪਟਰਾਣੀ ਕਹਿੰਦੇ ਹੁੰਦੇ ਆ ਤਾਂ ਉਹਦੇ 'ਚ ਦੋ ਦੋਵਾਂ ਦਾ ਟਕਰਾਅ ਹੋਇਆ ਔਰਤ ਦਾ ਮਤਲਬ ਉਹਨੂੰ ਮਰਦ ਦਾ ਤਾਂ ਪਤਾ ਹੁੰਦਾ ਵੀ ਜਿਹਦਾ ਜਾਂਦੇ ਵੀ ਉਹ ਉਹਨੂੰ ਉਸਦੇ ਦੁੱਖ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇਹ ਇਹ ਕਹਿ ਸਕਦੇ ਵੀ ਮਰਦ ਤਾਂ ਬੇਵਫਾਈ ਹੁੰਦੇ ਨੇ ਉਹਨੂੰ ਨਿਤ ਨਵੀਂ ਔਰਤ ਚਾ ਤਾਂ ਵੇਰ ਉਹ ਜਿਹੜੀ ਨਰਤਕੀ ਤੇ ਜਿਹੜੀ ਰਾਣੀ ਹੁੰਦੀ ਹੈ ਉਹਨਾਂ ਦਾ ਟਕਰਾਅ ਹੁੰਦਾ ਪਰ ਅਖੀਰ ਤੇ ਨਰਤਕੀ ਨੂੰ ਦਿਖਾਉਂਦੀ ਆ ਵੀ ਅੱਜ ਜਿਹੜੀ ਜਿਹਦਾ ਤੂੰ ਮਾਣ ਕਰ ਰਹੀ ਆ ਨਾ ਇਹ ਕਦੇ ਨਾ ਕਿਸੇ ਦਿਨ ਸਾਡੇ ਤੇ ਵੀ ਆਏ ਸੀਗੇ ਸਹੀ ਗੱਲ ਹੈ ਤੇ ਇੱਕ ਜਿਵੇਂ ਕਾਹ ਕਹਾਣੇ ਇੱਕ ਨੁਕਤੇ ਤੇ ਗੱਲ ਮੁੱਕਦੀ ਹੈ ਨਾ ਮੈਨੂੰ ਇਹ ਸਭ ਤੋਂ ਜ਼ਿਆਦਾ ਸੋਹਣੀ ਲੱਗੀ ਇਸ ਕਹਾਣੀ ਆ ਇਹ ਵੀ ਕਹਾਣੀ ਕਹਾਣੀਆਂ ਸਾਰੀਆਂ ਸੋਹਣੀਆਂ ਨੇ ਵਧੀਆ ਕਹਾਣੀਆਂ ਨੇ ਮੈਨੂੰ ਇਸ ਲਈ ਵਧੀਆ ਲੱਗੀ ਵੀ ਇਨੇ ਕਿੰਨੇ ਸੋਹਣੇ ਤਰੀਕੇ ਨਾਲ ਇੱਕ ਬੰਦੇ ਦੀ ਸਾਈਕੋਲੋਜੀ ਨੂੰ ਲਿਖਿਆ ਵੀ ਜਿਵੇਂ ਤੂੰ ਕਿਹਾ ਵੀ ਉਹ ਤਾਂ ਜਾਣਦੇ ਹੀ ਹੁੰਦੇ ਨੇ ਹਨਾ ਵੀ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਮੇਰੇ ਬਾਹਰ ਜਾਣ ਨਾਲ ਪਰਿਵਾਰ ਨਹੀਂ ਟੁੱਟਦਾ ਹੈਗਾ ਹਨਾ ਮਤਲਬ ਕਿਉਂਕਿ ਮੈਨੂੰ ਘਰੇ ਆਏ ਨੂੰ ਬਿਲਕੁਲ ਓਵੇਂ ਜਿਵੇਂ ਆਪਣੇ ਕਹਿ ਦਿੰਦੇ ਆ ਵਿੱਚ ਬਾਹਰੋਂ ਜਿਹੜਾ ਕੁਝ ਮਰਜ਼ੀ ਕਰਕੇ ਆ ਗਿਆ ਜਦੋਂ ਘਰੇ ਆ ਗਿਆ ਮਾਫ਼ ਕਰ ਦਿਓ ਹਨਾ ਜਨਾਨੀਆਂ ਨੂੰ ਇਹੋ ਜਿਹੇ ਸੁਝਾਅ ਲੋਕ ਬਹੁਤ ਜ਼ਿਆਦਾ ਦਿੰਦੇ ਨੇ ਜਦੋਂ ਤੁਸੀਂ ਰੱਬ ਨਾ ਕਰੇ ਕਦੀ ਇਹੋ ਜੀ ਦੌਰ ਚੋਂ ਲੰਘਦੇ ਹੋ ਤਾਂ ਤੁਹਾਨੂੰ ਹਮੇਸ਼ਾ ਤੁਹਾਡੇ ਸਕੇ ਮਾਪਿਓ ਤਾਂ ਕਿਦਾਂ ਦਾ ਸੁਝਾਅ ਦਿੰਦੇ ਹੁੰਦੇ ਆ ਵੀ ਕੋਈ ਨਹੀਂ ਕੁਝ ਨਹੀਂ ਹੋਇਆ ਘਰੀ ਆ ਗਾ ਅੱਜ ਨਾ ਰੁਪਿੰਦਰ ਮੈਂ ਨਾ ਉਂਗਾਸੀ ਪਿੰਡੋਂ ਆ ਰਿਹਾ ਸੀ ਤੇ ਮੈਨੂੰ ਆ ਤਾਂ ਮੈਂ ਨਾ ਕਹਾਣੀਆਂ YouTube ਤੇ ਕਹਾਣੀਆਂ ਪੀਂ ਜਾਂ ਕੋਈ ਹੋਰ ਵੀ ਮੈਂ ਉਹ ਲਾ ਲੈਣਾ ਹੁਣ ਗੱਡੀ 'ਚ ਤਾਂ ਮੈਂ ਸੁਣ ਤਾਂ ਮੈਨੂੰ ਇੱਕ ਗੱਲ ਮਿਲ ਇਦਾਂ ਦੀ ਕੋਈ ਚੱਲੀ ਜੇ ਮੇਰੇ ਧਿਆਨ ਮੈਂ ਸੋਚਿਆ ਵੀ ਕੁੜੀਆਂ ਜਦੋਂ ਤੋਂ ਕਿ ਸਮੱਸਿਆ ਆਉਂਦੀ ਆ ਸਹੁਰਾਂ ਦੇ ਕੋਲ ਉਹਦੀ ਮਾਂ ਨੂੰ ਦੱਸਦਿਆਂ ਜਾ ਕੇ ਸਭ ਤੋਂ ਪਹਿਲਾਂ ਮਾਂ ਨੂੰ ਦੱਸਦੀਆਂ ਹੁੰਦੀਆਂ ਨੇ ਵੀ ਘਰ ਵਾਲੇ ਕੁੱਟ ਰਿਆ ਉਹਨਾਂ ਦਾ ਜਾਂ ਕੋਈ ਘਰੇ ਤਾਂ ਮਾਮਾ ਦਾ ਇੱਕ ਡਾਇਲੋਗ ਹੁੰਦਾ ਸੀਗਾ ਵੀ ਕੋਈ ਨਹੀਂ ਪੁੱਤ ਅਸੀਂ ਵੀ ਐਂ ਕੱਢੀ ਆਂ ਐਂ ਨਿਕਲ ਜੂਗੀ ਤੁਸੀਂ ਘਰ ਵਸਾ ਕੇ ਰੱਖੋ ਆ ਉਹਦਾ ਨਾ ਤਾਂ ਮਿਲ ਉਹਦੇ 'ਚ ਇਹ ਗੱਲ ਸੱਚੀ ਹੈ ਜੀ ਕੋਈ ਦੌਰਾਈ ਨਹੀਂ ਹੈਗੀ ਕਿ ਮਰਦ ਜਾਤ ਹਮੇਸ਼ਾ ਮਿਲ ਉਹ ਕਾਬਜ ਕਾਬਜ ਰਹੀ ਹੈ ਨਾ ਔਰਤਾਂ ਤੇ ਤਾਂ ਹੁਣ ਜਿਹੜਾ ਬੰਦਾ ਰਾਜਾ ਹੋਵੇ ਜਿਹਦਾ ਕਬਜ਼ਾ ਹੋਵੇ ਉਹਨੂੰ ਤਾਂ ਕਦੇ ਵੀ ਬਦਲਾ ਪਸੰਦ ਨਹੀਂ ਹੁੰਦਾ ਵਿਆ ਬਦਲਾ ਤਾਂ ਉਹ ਲੋਕ ਲੈ ਕੇ ਆਉਂਦੇ ਜਿਹਨਾਂ ਤੇ ਤਸ਼ੱਦਦ ਹੋ ਰਿਹਾ ਹੁੰਦਾ ਨਾ ਤੇ ਜੀ ਤਸ਼ੱਦਦ ਔਰਤ ਤੇ ਹੋ ਰਿਹਾ ਤਾਂ ਫਿਰ ਬਦਲਾਅ ਵੀ ਔਰਤੀ ਲੈ ਕੇ ਆਊਗੀ ਮਰਦ ਨੂੰ ਤਾਂ ਕੋਈ ਲੋੜ ਨਹੀਂ ਬਦਲਾਅ ਲੈ ਕੇ ਆਉਣ ਦੀ ਸਹੀ ਗੱਲ ਹੈ ਤਾਂ ਉਵੇਂ ਇੱਕ ਕਹਾਣੀ ਹੁਣ ਤੁਸੀਂ ਦੱਸੋ ਇਹ ਕਹਾਣੀ ਬਾਰੇ ਅੱਗੇ ਜਿਵੇਂ ਕਹਾਣੀ ਚ ਵੀ ਉਹਨੇ ਬਹੁਤ ਸੋਹਣੇ ਟੰਗ ਨਾਲ ਲਿਖਿਆ ਹਨਾ ਵੀ ਇੱਕ ਬੰਦਾ ਹੈ ਜਿਹੜਾ ਉਹਨੂੰ ਪਹਿਲਾਂ ਲੱਗਦਾ ਕਿ ਉਹਨੂੰ ਕਿਸੇ ਕੁੜੀ ਨਾਲ ਬਹੁਤ ਜ਼ਿਆਦਾ ਮੁਹੱਬਤ ਆ ਹਨਾ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਇਹਦੇ ਨਾਲ ਮੇਰਾ ਵਿਆਹ ਨਹੀਂ ਹੋ ਸਕਦਾ ਮਤਲਬ ਉਹ ਕੁੜੀ ਦਾ ਵਿਆਹ ਕਿਸੇ ਹੋਰ ਨਾਲ ਹੋ ਜਾਂਦਾ ਤੇ ਫਿਰ ਉਹਨੂੰ ਉਹ ਲਿਖਦਾ ਹੈ ਕਿਤਾਬਾਂ ਪੜ੍ਹਦਾ ਹੈ ਤੇ ਅੱਗੂ ਆਰਟੀਕਲ ਲਿਖਦਾ ਫਿਰ ਉਹਨੂੰ ਲੱਗਦਾ ਹੈ ਕਿ ਜਿਹੜਾ ਅਖਬਾਰ ਦਾ ਐਡੀਟਰ ਆ ਉਹਦੀ ਕੁੜੀ ਨਾਲ ਮੈਨੂੰ ਪਿਆਰ ਹੋ ਉਹ ਕੁੜੀ ਉਸ ਚੀਜ਼ ਨੂੰ ਸਵੀਕਾਰਦੀ ਆ ਤੇ ਦੋਵਾਂ ਦਾ ਵਿਆਹ ਹੋ ਜਾਂਦਾ ਹੈ ਨਾ ਤੇ ਫਿਰ ਉਹ ਜਦੋਂ ਉਹਦੀ ਘਰਗ੍ਰਸਤੀ ਵੱਸ ਜਾਂਦੀ ਹੈ ਮੈਨੂੰ ਲੱਗਦਾ ਹੈ ਕਿ ਹਰ ਬੰਦੇ ਨੂੰ ਹੀ ਲੱਗਦਾ ਹੁੰਦਾ ਕਿ ਜਦੋਂ ਮੇਰਾ ਘਰ ਬਣ ਗਿਆ ਬੱਚੇ ਹੋ ਗਏ ਨੇ ਤਾਂ ਹੁਣ ਸ਼ਾਇਦ ਮੈਨੂੰ ਖੁੱਲ ਮਿਲ ਗਈ ਕਿ ਮੈਂ ਕਿਸੇ ਵੀ ਬਹਾਨੇ ਬਹੁਤ سارے ਬਹਾਨੇ ਨੇ ਬੰਦਿਆਂ ਕੋਲੇ ਹਨਾ ਕੋਈ ਆਪਦਾ ਕੋਈ ਤਰਕ ਦਿੰਦਾ ਕੋਈ ਕਿਸੇ ਤਰੀਕੇ ਦਾ ਤਰਕ ਦਿੰਦਾ ਵੀ ਸਾਨੂੰ ਸ਼ਾਇਦ ਬਾਹਰ ਚਾਕਣ ਦਾ ਲਾਇਸੈਂਸ ਮਿਲ ਜਾਂਦਾ ਹਨ ਫਿਰ ਉਹਨੂੰ ਲੱਗਦਾ ਕਿ ਜਿਸ ਜਨਾਨੀ ਕੋਲ ਮਤਲਬ ਉੱਤੇ ਲਿਖਿਆ ਹੈ ਵੀ ਉਹ ਕੋਠੇ ਚ ਕਿਸੇ ਜਨਾਨੀ ਨੂੰ ਮਿਲਦਾ ਹਨ ਤੇ ਉੱਥੇ ਉਹਨੂੰ ਲੱਗਦਾ ਕਿ ਹੁਣ ਮੇਰਾ ਪਿਆਰ ਇਹ ਆ ਤੇ ਉਹ ਆਪਣੀ ਜ਼ਿੰਦਗੀ ਚ ਉਹ ਸਭ ਕੁਝ ਕਰ ਰਿਹਾ ਜੋ ਉਹਨੂੰ ਚਾਹੀਦਾ ਹੈ ਹਨ ਤੇ ਉਹਨੂੰ ਲੱਗਦਾ ਕਿ ਮੇਰੀ ਘਰ ਵਾਲੀ ਹੈ ਜਿਹੜੀ ਉਹ ਘਰ ਸੰਭਾਲਦੇ ਪਈ ਆ ਪਰ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਮੇਰੀ ਵਾਈਫ ਨੂੰ ਵੀ ਕੋਈ ਹੋਰ ਬੰਦਾ ਪਸੰਦ ਆ ਗਿਆ ਹਨ ਮੈਨੂੰ ਲੱਗਦਾ ਕਿ ਤੁਸੀਂ ਜੋ ਕਰਦੇ ਹੋ ਨਾ ਸ਼ਾਇਦ ਉਹਦੇ ਇੰਟੂਇਸ਼ਨਸ ਹਰ ਜਨਾਨੀ ਤੱਕ ਪਹੁੰਚ ਰਹੇ ਹੁੰਦੇ ਨੇ ਹਨਾ ਚਲੋ ਬਹੁਤ ਸਾਰੀਆਂ ਜਨਾਨੀਆਂ ਨੇ ਜਿਹੜੀਆਂ ਉਹ ਇਹੋ ਜਿਹੀ ਚੀਜ਼ਾਂ ਨੂੰ ਤਵੱਜੋ ਨਹੀਂ ਦਿੰਦੀਆਂ ਪਰ ਜਿਵੇਂ ਉਹਨੇ ਪਹਿਲਾਂ ਹੀ ਲਿਖਿਆ ਸੀ ਵੀ ਇੰਨੀ ਪੜ੍ਹੀ ਲਿਖੀ ਸੀ ਤੇ ਉਹਨੇ ਮੈਨੂੰ ਜਦੋਂ ਮੈਂ ਇਹਨੂੰ ਪਹਿਲੀ ਵਾਰ ਕਿਹਾ ਕਿ ਮੈਂ ਤੈਨੂੰ ਮੁਹੱਬਤ ਕਰਦਾ ਉਹਨੇ ਮੈਨੂੰ ਉਸੇ ਵਕਤ ਕਿਹਾ ਸੀ ਤੂੰ ਸਾਰੀ ਜ਼ਿੰਦਗੀ ਮੈਨੂੰ ਪਿਆਰ ਨਹੀਂ ਕਰ ਸਕੇਂਗਾ ਹਨਾ ਕਿਉਂਕਿ ਉਹ ਆਪਣੀ ਗੱਲ ਕਹਿਣ ਵਾਲੀ ਸੀਗੀ ਆਪਣੀ ਗੱਲ ਮਨਵਾਉਣ ਵਾਲੀ ਕੁੜੀ ਸੀ ਹਨਾ ਤੇ ਹੋ ਸਕਦਾ ਕਿ ਉਹਨੂੰ ਇਹ ਅਹਿਸਾਸ ਹੋਇਆ ਹੋਵੇ ਵੀ ਉਹਦਾ ਘਰ ਵਾਲਾ ਘਰ ਤੋਂ ਬਾਹਰ ਕਿਤੇ ਜਾਂਦਾ ਹਨਾ ਫਿਰ ਉਹ ਵੀ ਕਿਸੇ ਨੂੰ ਮਤਲਬ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੀ ਆ ਤੇ ਜਦੋਂ ਉਹਨੂੰ ਉਹ ਚੀਜ਼ ਪਤਾ ਲੱਗਦੀ ਆ ਫਿਰ ਉਹ ਚੀਜ਼ ਨਹੀਂ ਉਹਦੇ ਤੋਂ ਬਰਦਾਸ਼ਤ ਹੁੰਦੀ ਹੈ ਨਾ ਮੈਨੂੰ ਲੱਗਦਾ ਵੀ ਮੇਲ ਸਾਈਕੋਲੋਜੀ ਉਹ ਦਿਖਾਈ ਗਈ ਹੈ ਕਿ ਮੈਂ ਹੁਣ ਤੱਕ ਸਭ ਕੁਝ ਕਰਨ ਦਾ ਹੱਕਦਾਰ ਆਂ ਬਾਹਰ ਜਾ ਕੇ ਕੁਝ ਵੀ ਕਰ ਸਕਦਾ ਪਰ ਜਦੋਂ ਚੀਜ਼ ਉਹੀ ਚੀਜ਼ ਜਨਾਨੀ ਕਰਦੀ ਆ ਤਾਂ ਬੰਦੇ ਲਈ ਉਹ ਜ਼ਿੰਦਗੀ ਪਲਟਣ ਵਾਲਾ ਹਾਦਸਾ ਹੋ ਜਾਂਦਾ ਨਾ ਵੀ ਉਹਦੇ ਤੇ ਉਹ ਐਵੇਂ ਹੋ ਗਿਆ ਵੀ ਉਸ ਬੰਦੇ ਕੋਲੇ ਜਾ ਕੇ ਰੋਂਦਾ ਏ ਕਿ ਮੈਂ ਕੁਝ ਵੀ ਕੀਤਾ ਜ਼ਿੰਦਗੀ ਚ ਪਰ ਹੁਣ ਜਦੋਂ ਮੇਰੀ ਜਨਾਨੀ ਉਹ ਰੰਜਨਾ ਉਹਦੀ ਵਾਈਫ ਦਾ ਨਾਮ ਹੈ ਨਾ ਵੀ ਰੰਜਨਾ ਕਹਿ ਰਹੀ ਆ ਮੈਨੂੰ ਕੋਈ ਹੋਰ ਪਸੰਦ ਆ ਮੈਂ ਤੈਨੂੰ ਛੱਡ ਕੇ ਜਾਣਾ ਚਾਹੁੰਦੀ ਆ ਤਾਂ ਮੈਂ ਉਹਨੂੰ ਜਾਣ ਨਹੀਂ ਦੇ ਸਕਦਾ ਤੇ ਇਹ ਚੀਜ਼ ਮੈਨੂੰ ਆ ਲੱਗੀ ਵੀ ਇਹ ਤਾਂ ਹਰ ਘਰ ਚ ਹੀ ਵਾਪਰ ਰਿਹਾ ਹਰ ਦੂਜੇ ਤੀਜੇ ਘਰ ਦੇਿਕਾ ਹੋਈ ਆ ਇਸ ਜਿਹੜੀ ਲੜਾਈ ਜਿਹੜੀ ਔਰਤ ਮਰਦ ਦੇ ਵਿੱਚ ਇੱਕ ਲੜਾਈ ਚੱਲ ਰਹੀ ਆ ਨਾ ਤੋ ਇਹ ਹੀ ਲੜਾਈ ਚੱਲ ਰਹੀ ਆ ਮੈਨੂੰ ਲੱਗਦਾ ਇਹੀ ਬਰਾਬਰਤਾ ਵੀ ਜਦੋਂ ਤਾਂ ਮਰਦ ਕਰੇ ਤਾਂ ਕੁਝ ਵੀ ਕਰੇ ਹੈ ਨਾ ਮੈਂ ਰਾਜ ਬਰਾੜ ਦਾ ਜਾਂ ਕਿ ਗੀਤ ਆ ਮੇਰੇ ਹੁਣ ਗੀਤ ਨਹੀਂ ਜਿਆਦਾ ਉਹਦਾ ਇੱਕ ਸ਼ੇਰ ਜਿਹਾ ਔਰਤ ਦੇ ਲਈ ਇੱਥੇ ਇਮਤਿਹਾਨ ਬੜੇ ਬੰਦੇ ਲਈ ਬਦਨਾਮੀ ਵੀ ਮਸ਼ਹੂਰੀ ਹੁੰਦੀ ਹੈ ਹਨਾ ਤਾਂ ਬੰਦਾ ਕੁਝ ਵੀ ਕਰ ਕਰੀ ਜਾਂਦਾ ਨਾ ਉਹੀ ਨੂੰ ਔਰਤ ਸਵੀਕਾਰ ਵੀ ਕਰਦੀ ਔਰਤ ਨੂੰ ਪਤਾ ਵੀ ਹੁੰਦਾ ਪਰ ਫਿਰ ਵੀ ਕਰਦੀ ਹੈ ਸਵੀਕਾਰ ਤੇ ਮਰਦ ਨੂੰ ਚ ਸ਼ੱਕ ਵੀ ਹੋ ਜੇ ਕੱਲਾ ਸ਼ੱਕ ਹੀ ਮਰਦ ਨੂੰ ਸ਼ੱਕ ਹੋਏ ਬਹੁਤ ਹੁੰਦਾ ਨਾ ਉਹ ਜਨਾਨੀ ਕੋਲ ਉਹਦੀ ਵੀ ਸਫਾਈ ਨਹੀਂ ਹੁੰਦੀ ਉਹਦੀ ਵੀ ਸਫਾਈ ਨਹੀਂ ਹੁੰਦੀਗੀ ਤਾਂ ਇਹ ਵੱਡੀ ਲੜਾਈ ਹੈ ਮਨੋ ਜਦੋਂ ਅਸੀਂ ਜਹਾਂ ਇਹ ਇਸ ਗੱਲ ਤੇ ਡਿਬੇਟ ਹੋ ਸਕਦੀ ਹੈ ਕਿ ਵਿਆਹ ਤੋਂ ਬਾਅਦ ਬਾਹਰ ਰਿਸ਼ਤਾ ਰੱਖਣਾ ਸਹੀ ਆ ਕਿ ਗਲਤ ਆ ਇਸ ਤੇ ਇਹ ਚੀਜ਼ ਦਾ ਡਿਬੇਟ ਹੋ ਸਕਦੀ ਹੈ ਨਾ ਪਰ ਮਰਦ ਕਰੇ ਜਾਇਜ਼ ਔਰਤ ਕਰੇ ਨਜਾਇਜ਼ ਆ ਇਹ ਚੀਜ਼ ਗਲਤ ਆ ਇਹ ਨਹੀਂ ਹੋਣੀ ਚਾਹੀਦੀ ਸਹੀ ਜੇ ਤੁਹਾਡੇ ਵਿੱਚ ਤੁਹਾਨੂੰ ਲੱਗ ਰਿਹਾ ਮਤਲਬ ਜੇ ਪਤੀ ਨੂੰ ਲੱਗ ਰਿਹਾ ਕਿ ਮੈਂ ਆਪਣੀ ਪਤੀ ਤੋਂ ਸੈਟੀਸਫਾਈ ਨਹੀਂ ਨਿਆਗਾ ਕਿਸੇ ਵੀ ਕਾਰਨ ਤੋਂ ਮਾਨਸਿਕ ਤੌਰ ਤੇ ਲਾਲੋ ਜਾਂ ਕਿਵੇਂ ਵੀ ਲਾਲੋ ਵੀ ਮੇਰਾ ਉਹਦੇ ਨਾਲ ਮਨ ਨਹੀਂ ਮਿਲਦਾ ਗਿਆ ਤਾਂ ਉਹ ਬਾਹਰ ਕਿਤੇ ਜਾ ਸਕਦਾ ਹੈ ਬਾਹਰ ਕਿਤੇ ਰਿਸ਼ਤਾ ਬਣਾ ਸਕਦਾ ਤਾਂ ਫਿਰ ਔਰਤ ਵੀ ਕਹਿ ਸਕਦੀ ਆ ਕਿ ਜਿਹੋ ਜਿਹਾਂ ਮਰਦ ਮੈਂ ਚਾਹੁੰਦੀ ਸੀ ਕਿ ਮੈਨੂੰ ਉਹ ਜਿਹਾਂ ਮਰਦ ਨਹੀਂ ਮਿਲਿਆ ਗਿਆ ਵੀ ਮੇਰੇ ਵੀ ਹਾਣ ਦਾ ਮਰਦ ਹੋਰ ਆ ਕੋਈ ਪਰ ਮੈਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਨਾ ਜਿੰਨੇ ਕਈ ਵਾਰੀ ਅਸੀਂ ਕਹਿ ਦਿੰਨੇ ਹੁੰਨੇ ਮੈਂ ਤਾਂ ਆਪ ਸਮਝਦੀ ਹੁੰਨੇ ਵੀ ਬਹੁਤਾ ਪੜ੍ਹ ਲਿਖ ਜਾਣਾ ਵੀ ਨਾ ਕਦੇ ਕਦੀ ਕਦੀ ਦਿਮਾਗ ਦਾ ਅਤਵਾਦ ਬਣ ਜਾਂਦਾ ਤੁਹਾਡੇ ਹਨਾ ਵੀ ਤੁਸੀਂ ਕਈ ਚੀਜ਼ਾਂ ਦੀਆਂ ਨੀਹਾਂ ਹੀ ਹਲਾ ਕੇ ਰੱਖ ਦਿੰਨੇ ਹੋ ਤੇ ਅਸੀਂ ਬਹੁਤ ਜ਼ਿਆਦਾ ਅੱਗੇ ਵਧੇ ਬਹੁਤ ਜ਼ਿਆਦਾ ਗਰੋਥ ਨੇ ਵੀ ਨਾ ਮੈਨੂੰ ਲੱਗਦਾ ਕਿ ਸਾਡੇ ਘਰਾਂ ਪਰਿਵਾਰਾਂ ਦੀਆਂ ਨੀਹਾਂ ਸਾਰੀਆਂ ਖੱਲ੍ਹੇ ਕਰਦੀਆਂ ਹਨਾ ਕਮਾਦ ਚਾਹੇ ਕਿਲਾ ਵੀਜੋ ਹੋਵੇ ਆਪਣੇ ਕੋਲੇ ਨਾ ਗੱਲ ਤਾਂ ਅਗਰ ਹੋ ਤੇ ਮੁੱਕਣੀ ਹੁੰਦੀ ਆ ਹਨਾ ਦਸਾਂ ਗੰਨਿਆਂ ਦਾ ਰੋਗ ਲਾਸਟ ਚ ਪੈ ਜਾਂਦਾ ਉਹੀ ਗਿਆਨ ਹੁੰਦਾ ਜੇ ਆਪਾਂ ਗਿਆਨ ਦੀ ਗੱਲ ਕਰੀਏ ਤਾਂ ਨਾ ਵੀ ਝੂਠ ਤੁਸੀਂ ਜਿੰਨਾ ਮਰਜ਼ੀ ਝੂਠ ਦੇ ਸਿਰ ਤੇ ਜਿੰਨਾ ਮਰਜ਼ੀ ਤੁਸੀਂ ਖੁਸ਼ ਰਹ ਲਓ ਝੂਠ ਨੂੰ ਜਿੰਨਾ ਮਰਜ਼ੀ ਤੁਸੀਂ ਗਲੋਰੀਫਾਈ ਕੁਝ ਵੀ ਕਰ ਲਓ ਨਾ ਅਖੀਰ ਨੂੰ ਆ ਕੇ ਸੱਚ ਨੇ ਹੀ ਨਿਬੜਨਾ ਤਾਂ ਜਿਹੜੀ ਧਰਨੋਂ ਤੱਕਾ ਹੋ ਰਿਹਾ ਸਾਨੂੰ ਮੰਨਣਾ ਪੈਣਾ ਕਿ ਉੱਥੇ ਹੋ ਰਿਹਾ ਅਸੀਂ ਹੁਣ ਆਪਣੇ ਲੋਕ ਇੱਕ ਗੱਲ ਕਹਿ ਦਿੰਦੇ ਆ ਜਿਵੇਂ ਤੁਸੀਂ ਹੁਣ ਗੱਲ ਕੀਤੀ ਆ ਕਿ ਹੁਣ ਤਲਾਕ ਵੱਧ ਗਏ ਹੁਣ ਤਲਾਕ ਬਹੁਤ ਹੋ ਰਹੇ ਆ ਨਾ ਪੜ੍ਹ ਲਿਖ ਕੇ ਲੋਕ ਕੋਈ ਗੱਲ ਨਹੀਂ ਸਹਿੰਦਾ ਕਿ ਉਹਦੀ ਗੱਲ ਸਹਾਰਦਾ ਨਹੀਂ ਵੀ ਤਲਾਕ ਬਹੁਤ ਹੋ ਰਹੇ ਆ ਮੈਂ ਮੰਨ ਪਰੇ ਤਲਾਕ ਨਹੀਂ ਹੋ ਰਹੇ ਸੀ ਕਿ ਉਦੋਂ ਉਸ ਸਮੇਂ ਦੀਆਂ ਔਰਤਾਂ ਤੋਂ ਘਰੋਂ ਜਾ ਕੇ ਪੁੱਛੋ ਤਾਂ ਸੀ ਬੜਾ ਜਿਆ ਵੀ ਤੁਸੀਂ ਕਿਵੇਂ ਕੱਟੀ ਆ ਸਹੀ ਬਿਲਕੁਲ ਕਿ ਹੁਣ ਇਹ ਥੋੜਾ ਜਿਹਾ ਆਪਾਂ ਬਾਹਰਲਾ ਉਹ ਅੰਕੜੇ ਤਾਂ ਦੇਖ ਲਿਆ ਆਪਾਂ ਕਿਤੋਂ ਤਲਾਕ ਦੇ ਅੰਕੜੇ ਵੱਧ ਗਏ ਹਨ ਜਿਹੜੀਆਂ ਮਾਨਸਿਕ ਤੌਰ ਤੇ ਪਰੇਸ਼ਾਨ ਹੋਈਆਂ ਤੰਗ ਹੋਈਆਂ ਨੇ ਇੰਨੇ ਸਾਲ ਝੱਲੇ ਨੇ ਉਹਨਾਂ ਦਾ ਤੱਕ ਦੇ ਲੇਖ ਜੋ ਕੋਈ ਹਨੇਗਾ ਮੈਨੂੰ ਉਹੀ ਲੱਗਦਾ ਵੀ ਇੱਥੇ ਇੱਕ ਗੱਲ ਕਹਿ ਸਕਦੇ ਆਂ ਵੀ ਅਸੀਂ ਸਿਰਫ ਕਾਗਜ਼ੀ ਤਲਾਕ ਦੇਖ ਰਹੇ ਆਂ ਪਰ ਮਾਨਸਿਕ ਤਲਾਕ ਕਿੰਨੇ ਹੋ ਰਹੇ ਨੇ ਵੀ ਇਹਨਾਂ ਚੀਜ਼ਾਂ ਦਾ ਸਾਨੂੰ ਨਹੀਂ ਆਈਡੀਆ ਹੈ ਕਈ ਵਾਰੀ ਰੁਪਿੰਦਰ ਇਹ ਹੁੰਦਾ ਕਿ ਤੁਸੀਂ ਇੱਕ ਕਮਰੇ ਸਾਡੇ ਇੱਕ ਰਿਸ਼ਤੇਦਾਰ ਨੇ ਉਹਨਾਂ ਨੇ ਇੱਕ ਵਾਰੀ ਗੱਲ ਸੁਣਾਈ ਸੀਗੀ ਕਿ ਉਹਨਾਂ ਦੇ ਰਿਸ਼ਤੇਦਾਰੀ ਚੋਂ ਉਹਨਾਂ ਦੇ ਚਾਚਾ ਜੀ ਲੱਗਦੇ ਸੀ ਤੇ ਉਹ ਕਹਿੰਦੇ ਵੀ ਇੰਨਾ ਜ਼ਿਆਦਾ ਕੁੱਟ ਦੇ ਮਾਰਦੇ ਸੀਗੇ ਸਾਡੇ ਚਾਚੀ ਜੀ ਨੂੰ ਵੀ ਜਿਸ ਦਿਨ ਉਹ ਮਰੇ ਉਸ ਦਿਨ ਉਹਨਾਂ ਨੇ ਰੱਜ ਕੇ ਰੋਟੀ ਖਾਧੀ ਕਹਿੰਦੇ ਵੀ ਸਾਰੇ ਰਿਸ਼ਤੇਦਾਰ ਉਹਨੂੰ ਕਹਿੰਦੇ ਸੀ ਵੀ ਇਹ ਕਿਹੋ ਜੀ ਜਨਾਨੀਆਂ ਜਿਹੜੀ ਰੋਈ ਨਹੀਂ ਉਹ ਕਹਿੰਦੀ ਵੀ ਉਹਦੇ ਜਿਉਂਦੇ ਜੀ ਮੈਂ ਸਾਰੀ ਉਮਰ ਰੋਈਆਂ ਸਿਰਫ ਅੱਜ ਦਾ ਦਿਨ ਆ ਜਿਹੜਾ ਮੇਰੀ ਜ਼ਿੰਦਗੀ 'ਚ ਸਕੂਨ ਦਾ ਆ ਹਨਾ ਤੇ ਉਹ ਮੈਂ ਹੈਰਾਨ ਰਹਿ ਗਈ ਸੀਗੀ ਵੀ ਵਾਕਈ ਅਸੀਂ ਇਹੋ ਜੀਆਂ ਜਨਾਨੀਆਂ ਨੂੰ ਜੇ ਫਰੋਲ ਦਿਆਂ ਜਾ ਕੇ ਜਾਂ ਸੀ ਤੋਂ ਨਾਲ ਕੁਲ ਕਿੰਨਾ ਕੁਸ਼ ਹੋਊਗਾ ਦੱਸਣ ਲਈ ਹੈਨਾ ਬਹੁਤ ਕੁਛ ਰਵਿੰਦਰ ਇੱਕ ਕੱਲੇ ਪਤੀ ਨਹੀਂ ਆਪ ਕਹਿ ਸਕਦੇ ਮਾਪਿਓ ਭਰਾ ਹੋ ਗਏ ਪਿਓ ਮਰਦ ਕਿਸੇ ਵੀ ਰਿਸ਼ਤੇ ਚ ਆਇਆ ਉਹਨੇ ਔਰਤ ਨੂੰ ਉਸ ਤਰੀਕੇ ਨਾਲ ਨਹੀਂ ਸਮਝਾਇਆਗਾ ਜਿਹੜੀ ਜਿਸ ਤਰੀਕੇ ਨਾਲ ਸਮਝਣਾ ਚਾਹੀਦਾ ਸੀਗਾ ਗੱਲ ਸਿੱਧੀ ਜੀ ਹੈ ਬਸ ਜੇ ਉਹ ਜੇ ਸਾਨੂੰ ਜੰਗਾ ਲੱਗਦਾ ਜੇ ਉਹ ਜੇ ਸਾਨੂੰ ਲੱਗਦਾ ਕਿ ਮੇਰਾ ਲਾਈਫ ਸਟਾਈਲ ਮੈਨੂੰ ਵਧੀਆ ਤਾਂ ਤੁਸੀਂ ਆਪਦੀ ਭੈਣ ਨੂੰ ਧੀ ਨੂੰ ਘਰ ਵਾਲੀ ਨੂੰ ਵੀ ਉਹ ਜਿਹਾ ਮਾਹੌਲ ਦਿਓ ਉਹਦੀਆਂ ਵੀ ਉਹੀ ਸੇਮ ਫੀਲਿੰਗ ਨੇ ਨਾ ਜਿਹੜੀਆਂ ਹੈਗੀਆਂ ਨੇ ਇੱਕ ਵਾਰੀ ਸੀ ਨਾ ਕਿਤੇ ਬੈਠੇ ਘੁੰਮਣ ਗਏ ਹੋਏ ਸੀ ਕਿਤੇ ਉੱਥੇ ਦੋ ਕੁੜੀਆਂ ਬੈਠੀਆਂ ਉਹ ਗੱਲ ਕਰ ਰ ਮੈਂ ਟੈਂਟ ਦੇ ਵਿੱਚ ਬੈਠਾ ਸੀਗਾ ਮੈਂ ਸੁਣੀ ਗਿਆ ਮੈਨੂੰ ਵੀ ਸੋਣਾ ਲੱਗਿਆ ਚਲ ਵੀ ਇਹਨਾਂ ਦੀ ਡਿਬੇਟ ਚੱਲੀ ਜਾਂਦੀ ਉਹ ਜੇ ਮੈਂ ਵਿੱਚ ਬੋਲੂਗਾ ਇੱਕਦਮ ਤਾਂ ਧਿਆਨ ਆਏ ਹੋ ਜੂ ਤੁਹਾਨੂੰ ਕੋਈ ਮੁੰਡਾ ਸੁਣ ਰਿਹਾ ਹੈ ਨਾ ਇਹੋ ਗੱਲਬਾਤ ਹੋਣੀ ਨਹੀਂ ਨੀਗੀ ਚਲ ਉਹਨਾਂ ਨੇ 20-25 ਮਿੰਟ ਲਾਇਆ ਉਹ ਤੋਂ ਬਾਅਦ ਮੈਂ ਟੈਂਟ ਤੋਂ ਨਿਕਲਿਆ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਕਿਹਾ ਥੋੜੀ ਸਾਰੀ ਗੱਲਬਾਤ ਸੁਣੀ ਆ ਤਾਂ ਮੈਨੂੰ ਕਹਿੰਦੇ ਤੁਸੀਂ ਸਿੱਟਾ ਕੀ ਕੱਢਿਆ ਗੱਲਬਾਤ ਦਾ ਮਤਲਬ ਪੰਜਾਬ ਤੋਂ ਨਹੀਂ ਸੀ ਸਿਰਫ ਬਾਹਰ ਦੀ ਕਿਸੇ ਸਟੇਟ ਦੇ ਸੀ ਮੈਂ ਕਿਹਾ ਮੈਂ ਤਾਂ ਇਹ ਸਿੱਟਾ ਕੱਢਿਆ ਵੀ ਅੱਜ ਤੁਸੀਂ ਗੱਲ ਤਾਂ ਕਰ ਰਹੀ ਹੋ ਨਾ ਹੂੰ ਵੀਡੀਓ ਵੀ ਤਾਂ ਹੱਕ ਇਹਦਾ ਨਾ ਉਹ ਬੋਲਦੀ ਨਹੀਂ ਸੀ ਸਾਡੇ ਤਾਂ ਕੀਤ ਵੀ ਹੋ ਜੇ ਸੀਗੇ ਵੀ ਤੁਸੀਂ ਜਿਹੜੇ ਲੜਫੋ ਕੋਈ ਗੱਲ ਨਹੀਂ ਕੁੱਟ ਵੀ ਕੁੱਟ ਵੀ ਤਾਂ ਕੋਈ ਗੱਲ ਨਹੀਂ ਰਾਤ ਨੂੰ ਤੁਸੀਂ ਫੇਰ ਆਉਂਦੀਆਂ ਸੁਪਾ ਥੁਲਾ ਸੁਭਾਈਆਂ ਕਰੋਗਾ ਨਾ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਡਾ ਤਾਂ ਜ਼ਿੰਦਗੀ ਸਾਡੀ ਇਹੀ ਆ ਅੱਜ ਤੁਸੀਂ ਗੱਲ ਕਰ ਰਹੀ ਹੋ ਤੁਸੀਂ ਕਹਿ ਰਹੀ ਹੋ ਵੀ ਅਸੀਂ ਕੁੱਟ ਕਿਉਂ ਖਾਈਏ ਨਾ ਇੱਕ ਗੱਲ ਇੱਕ ਗੱਲ ਤਾਂ ਚੱਲੀ ਆ ਇੱਕ ਪੀੜੀ ਨੇ ਇੱਕ ਮਿਲ ਇੱਕ ਪੀੜੀ ਨੇ ਗੱਲ ਚਲਾਈ ਅਗਲੀ ਪੀੜੀ ਕੋਈ ਨਾ ਕੋਈ ਪ੍ਰੈਕਟੀਕਲ ਵੀ ਕੁਛ ਨਾ ਕੁਛ ਕਰੂਗੀ ਮੈਂ ਕੁਝ ਦਿਨ ਪਹਿਲਾਂ ਮੈਂ ਇੱਕ ਚੀਜ਼ ਦੇਖੀ ਸੀ ਮੈਂ ਕੱਲ ਗੁਰਦੀਪ ਨੂੰ ਵੀ ਭੇਜੀ ਉਹਦੇ 'ਚ ਇਹੀ ਸੀਗਾ ਵੀ ਆ ਸਾਨੂੰ ਨਾ ਬਹੁਤੀਆਂ ਜ਼ਿਆਦਾ ਬੈਠ ਕੇ ਗੱਲਾਂ ਕਰਨ ਦੀ بجائے ਹਰ ਜਨਾਨੀ ਨੂੰ ਇਹ ਸਮਝਾਉਣਾ ਚਾਹੀਦਾ ਵੀ ਤੇਰੀ ਕਮੀਜ਼ ਨੂੰ ਇੱਕ ਜੇਬ ਹੋਣੀ ਚਾਹੀਦੀ ਆ ਹਨਾ ਮਤਲਬ ਇਹ ਸੀਗਾ ਕਿ ਤੁਹਾਡੇ ਕੋਲੇ ਤੁਹਾਡੀ ਕਮਾਈ ਹੋਣੀ ਚਾਹੀਦੀ ਆ ਤੁਹਾਡਾ ਜਿਹੜਾ ਜੇ ਤੁਸੀਂ ਕਮਾਉਨੇ ਵੀ ਹੋ ਤਾਂ ਉਹਦੇ ਚੋਂ ਚਾਰ ਪੈਸੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਜਿਹੜੇ ਕਹਿੰਦੇ ਕਿ ਤੁਹਾਡੇ ਫੈਸਲਿਆਂ ਦੀ ਜ਼ਰੂਰਤ ਨੂੰ ਕੈਮ ਕਰਦੇ ਨੇ ਹਨਾ ਵੀ ਪਹਿਲਾਂ ਸਾਡੀਆਂ ਮਾਵਾ ਕੋਲੇ ਹੁੰਦਾ ਹੀ ਨਹੀਂ ਸੀ ਕੁਝ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਘਰ ਦੀ ਮਤਲਬ ਦੇਲੀ ਟੱਪ ਕੇ ਮੈਂ ਜਾਣਾ ਕਿੱਥੇ ਆ ਤੇਰੇ ਕਹਿਣ ਤਰ੍ਹਾਂ ਬਿਲਕੁਲ ਆਈ ਹੁੰਦਾ ਸੀ ਵੀ ਮਾਵਾ ਵੀ ਇਹੀ ਸੁਝਾ ਦਿੰਦੀ ਹੁੰਦੀ ਸੀ ਵੀ ਅਸੀਂ ਵੀ ਐਵੇਂ ਹੀ ਕੱਢੇ ਆ ਹਨਾ ਇੱਕ ਆ ਹੁਣ ਫਿਲਮ ਆਈ ਸੀ ਬਵਾਲ ਹਨਾ ਬਹੁਤ ਗੱਲਬਾਤ ਹੋਈ ਇਹਦੇ ਤੇ ਤੇ ਲੋਕਾਂ ਨੇ ਉਹਦੇ ਤੇ ਗੱਲ ਕੀਤੀ ਵੀ ਜੇ ਤੁਸੀਂ ਹਿਟਲਰ ਨੂੰ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਫਿਲਮ ਦੇਖੋ ਨਾ ਮੈਨੂੰ ਲੱਗਦਾ ਵੀ ਉਹਦੇ ਵਿੱਚ ਇੱਕ ਬੜਾ ਸੋਹਣਾ ਡਾਇਲੋਗ ਸੀਗਾ ਜਿਹਦੇ ਤੇ ਜ਼ਿਆਦਾ ਗੱਲ ਹੋਣੀ ਚਾਹੀਦੀ ਸੀ ਬਿਉ ਕੁੜੀ ਦੇ ਮਾਂ ਉਹਨੂੰ ਕਹਿੰਦੀ ਆ ਵੀ ਅਸੀਂ ਤੈਨੂੰ ਵਿਆਹ ਕੇ ਤੋਰਿਆ ਪਰ ਜਦੋਂ ਤੈਨੂੰ ਲੱਗੂਗਾ ਕਿ ਉੱਥੇ ਤੇਰਾ ਰਹਿਣਾ ਔਖਾ ਹੋ ਰਿਹਾ ਤਾਂ ਤੂੰ ਬੇਸ਼ੱਕ ਬੈਗਪੈਕ ਕਰਕੇ ਆ ਜੀ ਤੈਨੂੰ ਕੋਈ ਸਵਾਲ ਨਹੀਂ ਕਰੂਗਾ ਹਨਾ ਤੇ ਉਹ ਕਿੰਨੀ ਸੋਹਣੀ ਗੱਲ ਆ ਮੈਨੂੰ ਲੱਗਦਾ ਕਿ ਹਰ ਮਾਪਿ ਉਹਨੂੰ ਆਪਣੀ ਧੀ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਧੀ ਨੂੰ ਕਿ ਮੁੰਡੇ ਨੂੰ ਵੀ ਕਹਿਣੀ ਚਾਹੀਦੀ ਹੈ ਵੀ ਜੇ ਤਰ੍ਹਾਂ ਕਿਸੇ ਰਿਸ਼ਤੇ 'ਚ ਦਮ ਘੁੱਟਦਾ ਤਾਂ ਤੂੰ ਆ ਕੇ ਕਹਿ ਦੇਈ ਹਨਾ ਤੇ ਅਸੀਂ ਕਹਿੰਦੇ ਆ ਕਿ ਨਹੀਂ ਇਹ ਰਿਸ਼ਤਾ ਇੱਕ ਵਾਰ ਬਣ ਗਿਆ ਤਾਂ ਉਹਨੂੰ ਹਰ ਹਾਲ ਹਰ ਹਾਲਾਤ 'ਚ ਨਵਾ ਨਵਾ ਸਕਦਾ ਬੰਦਾ पर मेनू ਲੱਗਦਾ ਜਦੋਂ ਤੁਸੀਂ ਮਾਨਸਿਕ ਤੌਰ ਤੇ ਖਤਮ ਹੋ ਰਹੇ ਹੋ ਕਿਸੇ ਰਿਸ਼ਤੇ ਚ ਨਾ ਫਿਰ ਉਹਨੂੰ ਨਿਵਾਉਣਾ ਬਹੁਤ ਜ਼ਿਆਦਾ ਔਖਾ ਹੈ ਇਹਦਾ ਰੁਪਿੰਦਰ ਜਿੰਨਾ ਮਤਲਬ ਵੀ ਤੁਸੀਂ ਗੱਲ ਕੀਤੀ ਬਹੁਤ ਸੋਹਣੀ ਗੱਲ ਆ ਜਿੱਥੇ ਵੀ ਔਰਤ ਸਟਰਗਲ ਕਰੀ ਜਾਂਦੀ ਹੈ ਨਾ ਆਪਦੇ ਹੱਕਾਂ ਲਈ ਉੱਥੇ ਸਭ ਤੋਂ ਪਹਿਲਾਂ ਹੁੰਦਾ ਧਿਆਨ ਇਸ ਚੀਜ਼ ਤੇ ਹੋਣਾ ਚਾਹੀਦਾ ਕਿ ਉਹ ਖੁਦ ਕਮਾਉਣ ਲੱਗੇ ਉਹਨੂੰ ਕਿਸੇ ਤੋਂ ਮੰਗਣੇ ਨਾ ਪੈਣ ਤੇ ਅੱਜ ਦੀ ਘੜੀ ਚ ਜੇ ਚਾਹੇ ਆਪਾਂ ਕਹਿ ਲਈਏ ਵੀ ਅੰਕੜੇ ਵਧ ਕੇ ਤਲਾਕ ਬਹੁਤ ਹੋ ਰਹੇ ਤਾਂ ਉਹਦੇ ਚ ਇੱਕ ਨੱਕ ਤੇ ਨਾ ਕਿਤੇ ਔਰਤ ਦਾ ਆਤਮ ਵਿਸ਼ਵਾਸ ਵਧਿਆ ਹੋਇਆ ਹੈ ਹੋਈ ਬਹੁਤ ਕੁਝ ਜਾਂਦਾ ਤੇ ਗਲਤ ਵੀ ਹੋ ਜਾਂਦਾ ਸਹੀ ਵੀ ਹੋ ਜਾਂਦਾ ਸ਼ਾਇਦ ਆਪਣੇ ਕਿਹੜੇ ਆਪਾਂ ਗੱਲ ਕਰਦੇ ਹੁੰਦੇ ਨੇ ਤੇ ਦੇਖਣ ਵਾਲੇ ਕੋਈ ਕਿਸੇ ਨੂੰ ਕਿਸੇ ਹੋਰ ਵੀਊ ਤੇ ਲਾਏ ਜਾਂਦੇ ਹਨ ਲੈ ਆਪਾਂ ਕਿਸੇ ਧਿਰ ਦੀ ਗੱਲ ਨਹੀਂ ਕਰ ਰਹੇ ਆਪਾਂ ਤਾਂ ਆਪਣੀ ਕਹਾਣੀ ਦੇ ਮਜ਼ਾਕ ਬਾਰੇ ਗੱਲ ਕਰੀ ਜਾਂਦੇ ਹਾਂ ਮੇਰੇ ਅੱਜ ਤਲਾਕ ਹੋ ਰਹੇ ਨੇ ਤਾਂ ਉਹਦੇ 'ਚ ਇੱਕ ਦਿਨ ਕਿਤੇ ਇਹ ਵੀ ਹੋ ਰਿਹਾ ਕਿ ਅੱਜ ਔਰਤ ਨਾ ਉਹਦੇ ਕੋਲ ਹੈਗਾ ਉਹਦੇ ਕੋਲ ਫੈਸਲਾ ਲੈਣ ਦਾ ਡਿਸੀਜਨ ਲੈਣ ਦੀ ਤਾਕਤ ਹੈਗੀ ਆ ਹੁਣ ਉਹ ਸਹਿੰਦੀ ਨਹੀਂ ਹੈਗੀ ਹੁਣ ਚਾਹੇ ਤੁਸੀਂ ਕਹਿ ਦਿਓ ਵੀ ਫਾਰਵਰਡ ਹੋ ਗਿਆ ਤੁਹਾਡੇ ਘਰ ਪਟਣ ਜੋ ਵੀ ਕਹੋ ਜਿਵੇਂ ਮਰਜ਼ੀ ਜਿਵੇਂ ਲੋਕ ਕਹੀ ਜਾਂਦੇ ਹਨ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਕਈ ਵਾਰੀ ਉਦਾਂ ਵੀ ਕਹਿ ਦਿੰਨੇ ਆ ਵੀ ਜਦੋਂ ਤੁਸੀਂ ਕਿਸੇ ਨੂੰ ਇੰਨਾ ਤਾ ਦਿੰਨੇ ਹੋ ਨਾ ਤਾਂ ਗੁੱਸਾ ਲ ਇਨਸਾਨ ਆ ਨਾ ਫਿਰ ਉਹ ਜਿਹੜਾ ਤੁਹਾਡੇ ਤੇ ਦੁਣਾ ਹੋ ਹੋ ਆਉਂਦਾ ਹੈ ਨਾ ਵੀ ਉਹੀ ਚੀਜ਼ ਆ ਵੀ ਕਈ ਵਾਰੀ ਅਸੀਂ ਨਾ ਇੰਨੀ ਅਤ ਕਰ ਦਿੰਨੇ ਆ ਵੀ ਅਸੀਂ ਫਿਰ ਬਹੁਤ ਛੇਤੀ ਉਹਨਾਂ ਚੀਜ਼ਾਂ ਨੂੰ ਇੱਕ ਦੌਰ ਤਰ੍ਹਾਂ ਭੁਗਤਣਾ ਆਉਂਦਾ ਹੈ ਨਾ ਵੀ ਜਿਵੇਂ ਲੋਕੀ ਪਹਿਲਾਂ ਕਹਿੰਦੇ ਸੀਗੇ ਪਾਸਪੋਰਟਾਂ ਨਾਲ ਵਿਆਹ ਹੋ ਜਾਂਦੇ ਸੀ ਤੇ ਕੁੜੀਆਂ ਇੱਧਰ ਬੈਠੀਆਂ ਰਹਿੰਦੀਆਂ ਸੀ ਹੁਣ ਆਇਲਸ ਨਾਲ ਵਿਆਹ ਹੁੰਦੇ ਨੇ ਤੇ ਮੁੰਡੇ ਇੱਧਰ ਬੈਠੇ ਨੇ ਨਾ ਤਾਂ ਮੈਨੂੰ ਲੱਗਦਾ ਕਿ ਚੀਜ਼ ਪਲਟ ਕੇ ਤੁਹਾਡੇ ਤੱਕ ਪਹੁੰਚਦੀ ਆ ਤੇ ਇਹ ਕਹਾਣੀ ਆਈ ਸੀਗੀ ਮੈਨੂੰ ਬਹੁਤ ਵਧੀਆ ਲੱਗੀ ਇਹ ਕਹਾਣੀ ਕਿ ਮਤਲਬ ਲਿਖੀ ਇੱਕ ਕੁੜੀ ਨੇ ਆ ਪਰ ਉਹ ਦਿਖਾਉਂਦੀ ਆ ਵੀ ਹਾਂ ਮਤਲਬ ਬੰਦਾ ਇਹ ਚੀਜ਼ ਜਰ ਨਹੀਂ ਸਕਦਾ ਚਾਹੇ ਜਿੰਨਾ ਮਰਜੀ ਮਾਡਰਨ ਹੋ ਜੇ ਰਿਪਿੰਦਰ ਸਭ ਤੋਂ ਪਹਿਲਾਂ ਫੋਨੀ ਗੱਲ ਇਹ ਲੱਗਿਆ ਕਿ ਕੁੜੀ ਦੇ ਫੋਟੋ ਦੇਖ ਕੇ ਕਿੰਨੀ ਛੋਟੀ ਜਿਹੀ ਉਮਰ ਲੱਗਦੀ ਹੈ ਨਾ ਉਹਨਾਂ ਦੇ 25-26 ਸਾਲ ਦੀ ਉਮਰ ਹੋਣੀ ਆ ਬਿਲਕੁਲ ਤੇ ਸਮਝ ਕਿੱਡੀ ਤੇ ਗੱਲਾਂ ਕਿੰਨੀਆਂ ਵੱਡੀਆਂ ਨੇ ਹਜੇ ਤੱਕ ਤਾਂ ਇਹਦੇ ਕੋਲ ਸਾਰੀ ਉਮਰ ਪਈ ਅੱਗੇ ਕਿੰਨਾ ਖੁਸ਼ਹਿਣਾ ਹੋ ਰਹੇ ਨੇ ਸਹੀ ਗੱਲ ਪਹਿਲਾਂ ਤਾਂ ਜਦੋਂ ਅਵਿਨਾ ਵਰਮਾ ਉਹਨਾਂ ਨੇ ਇੱਕ ਪਹਿਲੀ ਕਿਤਾਬ ਲਿਖੀ ਸੀ ਉਹਨਾਂ ਦੀ ਉਮਰ ਵੀ ਬਹੁਤ ਥੋ ਤੇ ਮੈਨੂੰ ਐ ਲੱਗਦਾ ਹੁੰਦਾ ਵੀ ਉਹਨਾਂ ਕੋਲੇ ਵੀ ਕਿੰਨਾ ਕੁਛ ਆ ਲਿਖਣ ਲਈ ਵੀ ਆਪਾਂ ਕਿਸੇ ਵੀ ਕਹਾਣੀ ਨੂੰ ਲਿਖਦੇ ਹੁੰਨੇ ਆ ਜਾਂ ਪੜ੍ਹਦੇ ਹੁੰਨੇ ਆ ਵੀ ਇਹ ਚ ਆ ਸਮੱਸਿਆ ਹੈ ਮੈਂ ਤੈਨੂੰ ਕਹਾਣੀ ਦੀ ਗੱਲ ਦੱਸਦਾ ਮੇਰੇ ਨਾਲ ਨਾ ਰੇਮਨ ਨਾਲ ਗੱਲ ਹੋਈ ਜਾਂਦੀ ਸੀ ਫੋਨ ਤੇ ਜੀਬੀ ਰੋਡ ਤੇ ਕੋਈ ਗੱਲ ਚੱਲ ਰਹੀ ਸੀ ਜੀ ਮਤਲਬ ਸਾਡੇ ਤੇ ਦੋਵਾਂ ਦੇ ਅਲੱਗ-ਅਲੱਗ ਵਿਚਾਰ ਸੀ ਰੇਮਨ ਮੈਨੂੰ ਕਦੇ-ਕਦੇ ਮੈਂ ਸਰਚ ਕਰਕੇ ਦੇਖਦੀ ਹਾਂ ਜੀਬੀ ਰੋਡ ਜਦੋਂ ਉਹਨੇ ਜੀਬੀ ਰੋਡ ਪਰ ਐ ਗੂਗਲ ਤੇ ਤੇ ਨਾਲ ਲਿਖਿਆ ਆਇਆਗਾ ਜੀਬੀ ਰੋਡ ਰੇਟ ਪ੍ਰਾਈਸ ਊਮਨ ਇਦਾਂ ਤੇ ਕੋਈ ਲਿਖਿਆ ਨਾ ਲਾ ਪੇ ਤਮਨ ਜੀ ਮੈਨੂੰ ਕਹਿੰਦੀ ਕਹਿੰਦੀ ਲੈ ਕਹਾਣੀ ਤੇ ਕਹਿੰਦੀ ਇੱਕ ਐਸੀ ਬਣ ਗਈ ਕਹਿੰਦੀ ਮੈਂ ਜੀਪੀ ਰੋਡ ਭਰੇ ਉੱਥੇ ਹੋਰ ਵੀ ਬਹੁਤ ਕੁਝ ਹੋਊਗਾ ਤੇ ਕਹਿੰਦੀ ਅੱਗੇ ਰੇਟ ਆਈ ਜਾਂਦੇ ਆ ਹੈ ਨਾ ਵੀ ਮੇਰੇ ਨਾਲ ਜਿਹੜਾ ਲੇਖਕ ਹੁੰਦਾ ਉਹ ਐਂ ਕਿਤੇ ਨੁਕਤੇ ਤੋਂ ਕੁਝ ਨੁਕਤੇ ਨੂੰ ਮਿਲਦਾ ਰਹਿੰਦਾ ਉਸ ਗੱਲ ਨੂੰ ਅੱਗੇ ਕਹਿੰਦਾ ਜਿਵੇਂ ਇਹਨਾਂ ਦੀ ਪਹਿਲੀ ਕਹਾਣੀ ਚ ਆਈਆਂ ਹੋਇਆਂ ਲੱਗਦਾ ਕਿ ਆਪਾਂ ਜਦੋਂ ਉਹਨਾਂ ਦਾ ਲਾਲ ਬੱਤੀ ਨਾਵਲ ਪੜ੍ਹਦੇ ਆ ਬਲਦੇਵ ਸੜਕਨਾਮਾ ਦਾ ਤਾਂ ਉਹਦੇ 'ਚ ਮੇਰੇ ਨਾਲ ਤਾਂ ਬਹੁਤ ਸਾਰੇ ਲੋਕ ਇਹੀ ਗੱਲ ਕਰ ਦਿੰਦੇ ਵੀ ਇਹਨਾਂ ਨੇ ਬਹੁਤ ਜ਼ਿਆਦਾ ਸਮਾਂ ਉੱਥੇ ਸਭ ਕੁਝ ਜਾ ਕੇ ਦੇਖਿਆ ਹੈ ਨਾ ਉਹ ਟਰੱਕ ਡਰਾਈਵਰ ਸੀ ਤੇ ਇਹ ਵੀ ਐਂ ਲੱਗਦਾ ਵੀ ਇਸ ਕੁੜੀ ਨੇ ਮਤਲਬ ਬਹੁਤ ਨੇੜੇ ਉਸ ਚੀਜ਼ ਨੂੰ ਜਾਂ ਮਹਿਸੂਸ ਕੀਤਾ ਕਿਸੇ ਨੂੰ ਦੇਖੀ ਹੋਊਗਾ ਜਾਂ ਮਿਲੀ ਹੋਊਗੀ ਕਿਸੇ ਐ ਜੀ ਜਨਾਨੀ ਨੂੰ ਨਾ ਵੀ ਜਿਹਨੇ ਉਹ ਆਪਣੇ ਸਾਰੇ ਐਕਸਪੀਰੀਅੰਸ ਦੱਸੇ ਪਰ ਅੱਜ ਕੱਲ ਚਲੋ ਆਪਾਂ ਐ ਵੀ ਆਪਾਂ ਫਿਲਮਾਂ ਫਿਲਮਾਂ ਵੀ ਬਹੁਤ ਐਦਾਂ ਦੀਆਂ ਦੇਖਦੇ ਆਂ ਸਾਨੂੰ ਉਹ ਲੈਂਗੁਏਜ ਸਾਨੂੰ ਉਹ ਸਭ ਕੁਝ ਬਹੁਤ ਛੇਤੀ ਪਕੜ ਚਾ ਜਾਂਦਾ ਪਰ ਪਹਿਲੀ ਕਹਾਣੀ ਚ ਤਾਂ ਐਂ ਲੱਗਦਾ ਕਿ ਬਹੁਤ ਮਤਲਬ ਹੰਡੇ ਹੋਏ ਕਿਸੇ ਲੇਖਕ ਨੇ ਇਸ ਚੀਜ਼ ਨੂੰ ਲਿਖਿਆ ਇੱਕ ਮੈਂ ਹੋਰ ਕੀ ਨੋਟ ਕੀਤੀ ਅਰਵਿੰਦਰ ਇਹਦੇ ਜੇ ਪੰਜਾਬੀ ਪਾਤਰਾਂ ਦੇ ਨਾਂ ਬਹੁਤ ਥੋੜੇ ਨੇ ਨਾ ਵੀ ਆਪਣੇ ਆਪ ਪੰਜਾਬੀ ਨਾਵਲਾਂ ਦੇ ਚਰਨਾ ਗਰਮੇਲ ਇਹੋ ਜਿਹੇ ਨਾਮ ਹੀ ਹੁੰਦੇ ਹਨ ਤਾਂ ਇਹਦੇ ਵਿੱਚ ਨਾਮ ਜ਼ਿਆਦਾਤਰ ਮੁਸਲਿਮ ਭਾਈਚਾਰੇ ਦੇ ਹੋਗੇ ਜਾਂ ਜਿਵੇਂ ਬੰਗਾਲੀ ਬੰਗਾਲ ਦੇ ਲੋਕਾਂ ਦੇ ਨਾਂ ਉਹੋ ਜਿਹੇ ਲੋਕਾਂ ਦੇ ਨਾਮ ਜ਼ਿਆਦਾ ਵਰਤੇ ਹੋਏ ਆ ਆਪਣਾ ਨਾਂ ਵੀ ਇਹਨਾਂ ਦਾ ਕਿੰਨਾ ਲੱਗਦਾ ਰੈਮਨ ਤੇ ਮੈਨੂੰ ਲੱਗਦਾ ਵੀ ਬਹੁਤ ਵਾਕਈ ਛੋਟੀ ਜੀ ਕਿਤਾਬ ਆ ਤੇ ਹਰ ਮਨ ਦਾ ਇੱਕ ਦਿਨ ਚ ਹੀ ਪੜ ਸਕਦਾ ਤੇ ਹਰ ਇੱਕ ਨੂੰ ਪੜਨੀ ਚਾਹੀਦੀ ਆ ਮੈਨੂੰ ਖੁਦ ਨੂੰ ਬਹੁਤ ਸੋਹਣੀ ਲੱਗਦੀ ਆ ਕਿਤਾਬ ਚੰਗੀ ਕਿਤਾਬ ਜੀ ਬੜੀ ਏ ਕਿ ਲੇਖਕ ਦੀ ਪਹਿਲੀ ਕਿਤਾਬ ਆ ਇਹ ਨਹੀਂ ਵੱਡੀਆਂ ਮੋਡੀਆਂ ਗੱਲਾਂ ਇਸ ਤਰੀਕੇ ਨਾਲ ਕਹੀਆਂ ਹੋਈਆਂ ਇੱਕ ਹੋਰ ਆ ਵੀ ਕਈ ਲੋਕ ਤੇ ਇਹਨੂੰ ਆਲੋਚਨਾ ਕਰਨਾ ਚਾਹ ਲੋਚਨਾ ਕਰਨੀ ਹੁੰਦੀ ਹੈ ਨਾ ਆਪਾਂ ਦਾ ਤਾਂ ਕੰਮ ਹੈ ਨਹੀਂ ਗਾ ਕਈ ਲੋਕ ਤੇ ਇਹਨੂੰ ਪੋਜੀਟਿਵ ਲੈਂਦੇ ਹੈ ਕਿ ਨੈਗੇਟਿਵ ਲੈਂਦੇ ਪਰ ਮੈਨੂੰ ਲੱਗਦਾ ਹੈ ਬਹੁਤ ਸੋਣੀ ਚੀਜ਼ ਆ ਕਿ ਕਿੱਡੀਆਂ ਕਿੱਡੀਆਂ ਵੱਡੀਆਂ ਗੱਲਾਂ ਤਿੰਨ ਤਿੰਨ ਪੇਜਾਂ 'ਚ ਹੀ ਕਹਤੀਆਂ ਨੇ ਜਿਹੜਾ ਕਈ 10 ਪੇਜ ਪੜ੍ਹ ਕੇ ਵੀ ਆਪ ਨੂੰ ਗੱਲ ਸਮਝ ਨਹੀਂ ਆਉਂਦੀ ਇਹਨਾਂ ਦੀ ਸਾਰੀਆਂ ਕਹਾਣੀਆਂ ਕੋਈ ਤਿੰਨ ਪੇਜ ਦੀ ਕੋਈ ਦੋ ਪੇਜਾਂ ਦੀ ਕਹਾਣੀ ਹੈ ਛੋਟੀਆਂ ਨੇ ਕਹਾਣੀਆਂ ਤੁਸੀਂ ਜ਼ਰੂਰ ਪੜਿਓ ਇਸ ਕਿਤਾਬ ਨੂੰ ਤੇ ਸੱਚੀ ਮਤਲਬ ਬਹੁਤ ਛੋਟੀਆਂ ਕਹਾਣੀਆਂ ਚ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਨੇ ਤੇ ਬਹੁਤ ਛੋਟੀ ਉਮਰ ਦੀ ਕੁੜੀ ਵੱਲੋਂ ਇਹੋ ਜਿਹੀ ਕਿਤਾਬ ਲਿਖੀ ਜਾਣਾ ਬਹੁਤ ਵੱਡੀ ਚੀਜ਼ ਆ ਆਪਾਂ ਹਮੇਸ਼ਾ ਕਹਿੰਦੇ ਆ ਕਿ ਚੰਗਾ ਕੁਝ ਲਿਖਿਆ ਨਹੀਂ ਜਾ ਰਿਹਾ ਚੰਗਾ ਕਿਤੋਂ ਸੁਣਨ ਨੂੰ ਨਹੀਂ ਮਿਲਦਾ ਚੰਗਾ ਕਿਤੋਂ ਦੇਖਣ ਨੂੰ ਨਹੀਂ ਮਿਲਦਾ ਪਰ ਮੈਨੂੰ ਲੱਗਦਾ ਹੈ ਕਿ ਚੰਗੇ ਬਾਰੇ ਗੱਲ ਹੀ ਘੱਟ ਹੁੰਦੀ ਆ ਤਾਂ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਆਲੇ ਦੁਆਲੇ ਚੰਗਾ ਵੀ ਵਾਪਰ ਰਿਹਾ ਤੇ ਇਦਾਂ ਦੀਆਂ ਕਿਤਾਬਾਂ ਵੀ ਆ ਰਹੀਆਂ ਨੇ ਤੇ ਕੁਝ ਕੁ ਕਿਤਾਬਾਂ ਇਦਾਂ ਦੀਆਂ ਵੀ ਨੇ ਵੀ ਜਿਹੜੀਆਂ ਇੰਸਟਾ ਤੇ ਵੈਸੀ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀਆਂ ਨੇ ਤੇ ਆਪਾਂ ਜਾ ਕੇ ਖਰੀਦ ਲਿਓਨੇ ਆ ਫਿਰ ਸਾਨੂੰ ਲੱਗਦਾ ਕਿ ਅੱਜ ਕੱਲ੍ਹ ਕੁਝ ਚੰਗਾ ਨਹੀਂ ਛਪ ਰਿਆ ਤੇ ਸੱਚੀ ਕਿਤਾਬ ਬਹੁਤ ਸੋਹਣੀਆਂ ਸਾਰੀਆਂ ਕਹਾਣੀਆਂ ਹੀ ਬਹੁਤ ਸੋਹਣੀਆਂ ਨੇ ਤੇ ਆਪਾਂ ਚਾਹੁੰਦੇ ਆ ਕਿ ਇਹ ਨਵੀਂ ਕਿਤਾਬ ਛੇਤੀ ਲਿਖਣ ਕਿਉਂਕਿ ਇਦਾਂ ਦੇ ਲੇਖਕਾਂ 'ਚੋਂ ਤੁਹਾਨੂੰ ਬਹੁਤ ਜ਼ਿਆਦਾ ਸੰਭਾਵਨਾਵਾਂ ਹੁੰਦੀਆਂ ਨੇ ਤੇ ਵਿਨਾ ਵਰਮਾ ਉਹਨਾਂ ਨੂੰ ਜਿਵੇਂ ਲੋਕ ਉਡੀਕਦੇ ਸੀ ਮੈਂ ਵੀ ਇਸ ਕਿਤਾਬ ਨੂੰ ਖਤਮ ਕਰਨ ਤੋਂ ਬਾਅਦ ਸੱਚੀ ਸੋਚਿਆ ਸੀਗਾ ਕਿ ਇਹਨਾਂ ਦੀ ਅਗਲੀ ਕਿਤਾਬ ਕਦੋਂ ਆਊਗੀ ਤੇ ਉਹਨੂੰ ਆਪਾਂ ਜ਼ਰੂਰ ਪੜੀਏ ਤੇ ਜੇ ਤੁਸੀਂ ਰੇਮਨ ਬਾਰੇ ਹੋਰ ਜ਼ਿਆਦਾ ਜਾਣਨਾ ਚਾਹੁੰਦੇ ਹੋ ਤਾਂ ਸਾਨੂੰ ਦੋਨਾਂ ਨੂੰ ਹੀ ਨਹੀਂ ਪਤਾ ਹੈਗਾ ਸੱਚੀ ਉਹਨਾਂ ਨੂੰ ਸਰਚ ਕਰੋ ਕਿ ਉਹ ਕੌਣ ਨੇ ਮੇਰੀ ਖੁਦ ਦੀ ਇੱਛਾ ਹੈ ਉਹਨਾਂ ਨੂੰ ਮਿਲਣ ਦੀ ਜਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਤੇ ਆਪਾਂ ਇਹਨਾਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦੰਦੇ ਆ ਬਹੁਤ ਵਾਸਟ ਥਾਟਸ ਨੇ ਇਹਨਾਂ ਕੋਲੇ ਬਹੁਤ ਵੱਡੇ ਵਿਸ਼ੇ ਨੇ ਇਹਨਾਂ ਕੋਲੇ ਤੇ ਇਹ ਜ਼ਰੂਰ ਲਿਖਣ ਅਗਲੀ ਵਾਰ ਆਪਾਂ ਕਿਸੇ ਹੋਰ ਲੇਖਕ ਦੀ ਕਿਤਾਬ ਨਾਲ ਮਿਲਦੇ ਆ ਤਦ ਤੱਕ ਲਈ ਸ਼ੁਕਰੀਆ